ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮਜੀਤ ਸਿੰਘ ਬਾੜਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਿਉਂਕਿ ਪਿਛਲੇ ਤਕਰੀਬਨ ਪੌਣੇ 1 3 ਸਾਲ ਤੋਂ ਮੈਂ ਕੈਨੇਡਾ ਦੀ ਧਰਤੀ ਤੇ ਹਾਂ ਤੇ ਜਦੋਂ ਆਪਾਂ ਪੰਜਾਬ ਦੇ ਵਿੱਚ ਬੈਠੇ ਹੋਈਦਾ ਤੇ ਉਦੋਂ ਇਸ ਧਰਤੀ ਦੀ ਤੁਲਨਾ ਆਪਾਂ ਸਵਰਗ ਦੇ ਨਾਲ ਕਰਦੇ ਹਾਂ ਕਿ ਸਾਫ ਸਫਾਈ ਬਹੁਤ ਹੈ ਕਾਨੂੰਨ ਦਾ ਰਾਜ ਹੈ ਜੇ ਕਿਸੇ ਦੇ ਨਾਲ ਕੋਈ ਤੱਕਾ ਹੁੰਦਾ ਕਿਸੇ ਨੂੰ ਲੱਗਦਾ ਕਿ ਭਾਈ ਮੇਰੇ ਨਾਲ ਕਿਸੇ ਨੇ ਵੱਧ ਘਟ ਕੀਤੀ ਹੈ ਤੇ ਉਸ ਵੇਲੇ ਬੰਦਾ ਜਾ ਕੇ ਅਦਾਲਤ ਦਾ ਪੁਲਿਸ ਦਾ ਕਿਸੇ ਸਰਕਾਰੀ ਅਥਾਰਟੀ ਦਾ ਕੁੰਡਾ ਖੜਕਾਉਂਦਾ ਹੈ ਤੇ ਇਹ ਵੀ ਮੰਨਿਆ ਜਾਂਦਾ ਕਿ ਭਾਈ ਗੱਲ ਛੇਤੀ ਸੁਣੀ ਜਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਟੀਵੀ ਚੈਨਲਾਂ ਦੀਆਂ ਖਬਰਾਂ ਰੇਡੀਓ ਦੇ ਉੱਤੇ ਚਰਚਾਵਾਂ ਦਾ ਦੌਰ ਜਿਹੜਾ ਉਹ ਕਈ ਤਰ੍ਹਾਂ ਦਾ ਜਾ ਰਿਹਾ ਘਰੇਲੂ ਝਗੜੇ ਵੱਧ ਰਹੇ ਨੇ ਘਰਾਂ ਦੇ ਵਿੱਚ ਸਮੱਸਿਆਵਾਂ ਪੈਦਾ ਹੋ ਰਹੀਆਂ ਇੱਕ ਬੜਾ ਵੱਡਾ ਰੌਲਾ ਰੱਪਾ ਹੁੰਦਾ ਸੀ ਰਫਿਊਜੀ ਕੇਸਾਂ ਦਾ ਕਿ ਭਾਈ ਜਾ ਕੇ ਮੁੰਡੇ ਨੇ ਰਫਿਊਜੀ ਕੇਸ ਲਾਤਾਈ ਕੀ ਅਜੇ ਵੀ ਉਹ ਰਫਿਊਜੀ ਕੇਸ ਲੱਗਦੇ ਨੇ ਕ੍ਰਿਮੀਨਲ ਲਾ ਉਹ ਸਾਰੀਆਂ ਚੀਜ਼ਾਂ ਕਿ ਕੈਨੇਡਾ ਦੇ ਵਿੱਚ ਕਾਨੂੰਨ ਕਿਵੇਂ ਕੰਮ ਕਰਦਾ ਵਕੀਲ ਸਾਹਿਬ ਕਿਵੇਂ ਕੰਮ ਕਰਦੇ ਸਾਨੂੰ ਵਕੀਲਾਂ ਦਾ ਦਰ ਕਦੋਂ ਖੜਕਾਉਣਾ ਪੈਂਦਾ ਉਹ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਅੱਜ ਜਸਟਿਨ ਸਿੰਘ ਭੰਗੂ ਸਾਡੇ ਨਾਲ ਨੇ ਨੌਜਵਾਨ ਨੇ ਕੈਨੇਡਾ ਦੇ ਜੰਪਲ ਨੇ ਪਰ ਪਾਣੀ ਵਾਂਗੂ ਪੰਜਾਬੀ ਬੋਲਦੇ ਆ ਉਹਨਾਂ ਤੋਂ ਆਪਾਂ ਸਾਰੇ ਕੈਨੇਡੀਅਨ ਜਿਹੜੇ ਸਿਸਟਮ ਦੀ ਗੱਲ ਜਿਹੜੀ ਆ ਕਾਨੂੰਨੀ ਸਿਸਟਮ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਇੱਕ ਬੜਾ ਵੱਡਾ ਪੰਜਾਬੀ ਸਮਾਜ ਵੱਸਦਾ ਹੈ ਉਹਨਾਂ ਦੇ ਇਸ ਵੇਲੇ ਕੀ ਮਸਲੇ ਨੇ ਕਿਦਾਂ ਦੇ ਮਸਲੇ ਅਦਾਲਤਾਂ ਦੇ ਵਿੱਚ ਵਕੀਲਾਂ ਦੇ ਚੈਂਬਰਾਂ ਦੇ ਵਿੱਚ ਆ ਰਹੇ ਨੇ ਸਾਰੀ ਗੱਲਬਾਤ ਆਪਾਂ ਕਰਾਂਗੇ ਪੰਗੂ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਬਾਟ ਸਾਹਿਬ ਤੁਹਾਡਾ ਵੀ ਸਤਿ ਸ਼੍ਰੀ ਅਕਾਲ ਤੇ ਪ੍ਰਾਈਮੇਜਰ ਟੀਵੀ ਦਾ ਬਹੁਤ ਜਿਆਦਾ ਧੰਨਵਾਦ ਅੱਛਾ ਜਸਟਿਨ ਸਿੰਘ ਪੰਗੂ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਤੁਸੀਂ ਕੈਨੇਡਾ ਦੇ ਵਿੱਚ ਜੰਮੇ ਮੈਂ ਤੁਹਾਡੇ ਤੋਂ ਪਹਿਲਾਂ ਪੁੱਛ ਰਿਹਾ ਸੀ ਕਿ ਤੁਸੀਂ ਸਿਰਫ ਇੱਕ ਵਾਰੀ ਪੰਜਾਬ ਗਏ ਹੋ ਉਹ ਵੀ 4-5 ਹਫ਼ਤਿਆਂ ਦੇ ਲਈ ਤੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਵੀ ਅਜੇ ਕਰ ਰਹੇ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਵੀ ਹਿੰਦੀ ਅੰਗਰੇਜ਼ੀ ਕਈ ਹੋਰ ਸ਼ਬਦ ਜਿਹੜੇ ਉਹ ਆ ਜਾਂਦੇ ਆ ਤੁਸੀਂ ਇੰਨੀ ਵਧੀਆ ਪੰਜਾਬੀ ਕਿੱਥੋਂ ਸਿੱਖੀ ਕੈਨੇਡਾ ਦਾ ਜੰਪਲ ਮੁੰਡਾ ਬਾਦ ਸਾਹਿਬ ਥੈਂਕ ਯੂ ਜੀ ਤੇ ਜੀ ਪੰਜਾਬੀ ਤਾਂ ਪਹਿਲੇ ਦਿਨ ਤੋਂ ਜੀ ਸਾਡੇ ਘਰ ਦੇ ਵਿੱਚ ਅਸੀਂ ਪੰਜਾਬੀ ਹੀ ਬੋਲਦੇ ਸੀ ਤੇ ਹੁਣ ਵੀ ਬੋਲਦੇ ਆ ਜੀ ਸਾਡੇ ਫਾਦਰ ਸਾਹਿਬ ਤੇ ਮਾਦਰ ਤੇ ਸਾਡੇ ਜਿਹੜੇ ਗ੍ਰੈਂਡਫਾਦਰ ਸੀ ਜੀ ਉਹਨਾਂ ਨੇ ਸਾਨੂੰ ਪਹਿਲੇ ਦਿਨ ਤੋਂ ਪੰਜਾਬੀ ਸਿਖਾਈ ਤੇ ਅਸੀਂ ਉਹਨਾਂ ਦੇ ਨਾਲ ਪੰਜਾਬੀ ਬੋਲਦੇ ਸੀ ਭਾਵੇਂ ਸਾਡੇ ਗ੍ਰੈਂਡਫਾਦਰ ਮਿਲਟਰੀ ਦੇ ਵਿੱਚ ਸੀ ਅੰਗਰੇਜ਼ੀ ਪੂਰੀ ਬੋਲਦੇ ਸੀ ਪਰ ਫੇਰ ਵੀ ਅਸੀਂ ਉਹਨਾਂ ਦੇ ਨਾਲ ਪੰਜਾਬੀ ਦੇ ਵਿੱਚ ਗੱਲਬਾਤ ਕਰਦੇ ਸੀ ਤੇ ਪੰਜਾਬੀ ਜਿਹੜੀ ਲੈਂਗੁਏਜ ਆ ਇਹਦਾ ਮੈਨੂੰ ਪਹਿਲੇ ਦਿਨ ਤੋਂ ਬਹੁਤ ਜ਼ਿਆਦਾ ਸ਼ੌਂਕ ਆ ਸਾਡੀ ਮਾਂ ਬੋਲੀ ਆ ਜੀ ਸਾਨੂੰ ਬੋਲਣੀ ਚਾਹੀਦੀ ਆ ਜੀ ਅੱਛਾ ਜਸਟਰ ਪੰਗੋ ਜੀ ਅੱਗਲ ਮੈਨੂੰ ਹੋਰ ਦੱਸਿਓ ਅੱਜ ਨਾ ਜਿਹੜੇ ਹੁਣ ਆ ਰਹੇ ਨੇ ਕੋਈ ਪੀਆਰ ਆ ਰਿਹਾ ਕੋ ਵਰਕ ਪਰਮਿਟ ਤੇ ਆ ਰਿਹਾ ਕੋ ਵਿਜ਼ਟਰ ਵੀਜ਼ਾ ਤੇ ਆ ਰਿਹਾ ਇੱਥੇ ਆ ਕੇ ਜਦੋਂ ਬੱਚਿਆਂ ਨੂੰ ਛੋਟੇ ਸਕੂਲ ਦੇ ਵਿੱਚ ਕਿੰਡਰਗਾਰਡਨ ਦੇ ਵਿੱਚ ਦਾਖਲ ਕਰਾਉਂਦੇ ਐ ਐਡਮਿਸ਼ਨ ਕਰਾਉਂਦੇ ਆ ਉਦੋਂ ਸਾਰੇ ਦੇ ਮਨ 'ਚ ਹੁੰਦਾ ਕਿ ਹੁਣ ਤਾਂ ਇਹਨਾਂ ਨੇ ਪੰਜਾਬੀ ਭੁੱਲ ਜਾਣੀ ਐ ਇਹ ਸਕੂਲ 'ਚ ਜਾ ਕੇ ਇਹਨਾਂ ਨੇ ਇੰਗਲਿਸ਼ ਬੋਲਣੀ ਐ ਆਪਣੇ ਦੋਸਤਾਂ ਦੇ ਨਾਲ ਵੀ ਆਪਣੇ ਜਿਹੜੇ ਕਲਾਸਮੇਟ ਨਹੀਂ ਉਹਨਾਂ ਦੇ ਨਾਲ ਟੀਚਰਜ਼ ਦੇ ਨਾਲ ਹੁਣ ਇਹ ਪੰਜਾਬੀ ਤੋਂ ਗਏ ਤੁਸੀਂ ਜਿਹੜੇ ਸਕੂਲ 'ਚ ਪੜ੍ਹੇ ਸੀ ਉੱਥੇ ਇੰਗਲਿਸ਼ ਮੀਡੀਅਮ ਹੀ ਪੜ੍ਹੇ ਹੋਣੇ ਆ ਵਕਾਲਤ ਕੀਤੀ ਲਾ ਕੀਤਾ ਇੰਗਲੈਂਡ ਤੱਕ ਪੜਨ ਗਏ ਫਿਰ ਵੀ ਤੁਹਾਡੀ ਪੰਜਾਬੀ ਤੇ ਅਸਰ ਨਹੀਂ ਜਣੀ ਜੇ ਅੱਜ ਨਵੇਂ ਜਿਹੜੇ ਪੰਜਾਬੀ ਲੋਕ ਆ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੇ ਆਪਾਂ ਘਰ ਦੇ ਵਿੱਚ ਪੰਜਾਬੀ ਬੱਚਿਆਂ ਨਾਲ ਬੋਲਦੇ ਆ ਉਹਨਾਂ ਨੂੰ ਸਿਖਾਉਂਦੇ ਆ ਤਾਂ ਪੰਜਾਬੀ ਜਿਉਂਦੀ ਰਹੂਗੀ ਉਹਨਾਂ 'ਚ ਬਾਟ ਸਾਬ ਬਿਲਕੁਲ ਜੀ ਜੇ ਅਸੀਂ ਪੰਜਾਬੀ ਬੋਲਦੇ ਰਹਿਣੇ ਆ ਜੀ ਤੇ ਪੰਜਾਬੀ ਦਾ ਸੀ ਜ਼ਿਕਰ ਕਰਦੇ ਆ ਫੇਰ ਹੀ ਸਾਡੀ ਮਾਂ ਬੋਲੀ ਜਿੰਦੀ ਰਹੂਗੀ ਜੇ ਅਸੀਂ ਭੁੱਲ ਜੰਨੇ ਆ ਫੇਰ ਤਾਂ ਜਈਏ ਸਾਡੀ ਮਾਂ ਬੋਲੀ ਦਾ ਮੈਂ ਕਹਿ ਨਹੀਂ ਸਕਦਾ ਕੀ ਹੋਊਗਾ ਅਸੀਂ ਅਸੀਂ ਜੀ ਪੰਜਾਬੀ ਬੜੇ ਪ੍ਰਾਊਡ ਆ ਕਿ ਸਾਡੀ ਮਾਂ ਬੋਲੀ ਆ ਪੰਜਾਬੀ ਤੇ ਉਸ ਦਾ ਜ਼ਿਕਰ ਕਰਨਾ ਮੇਰੇ ਹਿਸਾਬ ਨਾਲ ਬਹੁਤ ਜਿਆਦਾ ਇੰਪੋਰਟੈਂਟ ਆ ਜੀ ਅੱਛਾ ਇੱਕ ਚੀਜ਼ ਹੁਣ ਮੈਨੂੰ ਜਸਟਿਨ ਸਮਝਾਇਓ ਕਿ ਪੜ੍ਹਾਈ ਜਿਹੜੀ ਆ ਲਾਅ ਕਿੱਥੋਂ ਕੀਤਾ ਕਿੱਥੋਂ ਤੱਕ ਤੁਹਾਡੀ ਲਾਅ ਦੀ ਪੜ੍ਹਾਈ ਆ ਉਹਦੇ ਤੋਂ ਬਾਅਦ ਆਉਨੇ ਆ ਕਿ ਕੇਸ ਕਿਹੜੇ ਕਿਹੜੇ ਕਰਦੇ ਆ ਤੇ ਸਾਡੇ ਭਾਈਚਾਰੇ ਦੇ ਵਿੱਚ ਝਗੜੇ ਝੋੜੇ ਕਿਦਾਂ ਦੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਜੀ ਮੈਂ ਜੀ ਬਾਟ ਸਾਬ ਲਾਅ ਕੀਤਾ ਇੰਗਲੈਂਡ ਦੇ ਵਿੱਚ ਹਮ ਹਮ ਬਰਮਿੰਘਮ ਯੂਨਾਈਟਿਡ ਕਿੰਗਡਮ ਦੇ ਵਿੱਚ ਮੈਂ ਕੀਤਾ ਤੇ ਮੇਰੀ ਯੂਨੀਵਰਸਿਟੀ ਦਾ ਨਾਮ ਸੀ ਦਾ ਯੂਨੀਵਰਸਿਟੀ ਆਫ ਲਾਅ ਠੀਕ ਹੈ اوਜੀ ਵਨ ਆਫ ਦਾ 올ਡੇਸਟ ਯੂਨੀਵਰਸਿਟੀ ਇੰਗਲੈਂਡ ਦੇ ਵਿੱਚ ਆ ਜੀ ਇੱਕ ਸਭ ਤੋਂ ਪੁਰਾਣੀ ਆ ਜੀ ਤੇ ਉੱਥੇ ਮੈਂ ਆਪਣੀ ਐਲ ਐਲ ਬੀ ਵਿਦ ਆਨਰਸ ਉੱਥੇ ਮੈਂ ਕੰਪਲੀਟ ਕੀਤੀ ਸੀ ਜੀ ਉਹ 3 ਸਾਲ ਦਾ ਪ੍ਰੋਗਰਾਮ ਸੀ ਜੀ ਜਿਹੜਾ ਡਿਗਰੀ ਪ੍ਰੋਗਰਾਮ ਉਸ ਤੋਂ ਬਾਅਦ ਜੀ ਜਦੋਂ ਮੈਂ ਕੈਨੇਡਾ ਮੁੜ ਕੇ ਆਇਆ ਫਿਰ ਮੈਂ ਫਲੋਰੀਡਾ ਦੇ ਵਿੱਚ ਜਿਹੜਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਅਮਰੀਕਾ ਦੇ ਵਿੱਚ ਆ ਉੱਥੋਂ ਮੈਂ ਮਾਸਟਰ ਆਫ ਲਾਜ਼ ਮੈਂ ਆਪਣੀ ਕੀਤੀ ਜੀ ਠੀਕ ਹੈ ਜੀ ਅਮਰੀਕਾ ਕਹਿੰਦੇ ਸਖਾਇਆ ਕਿਉਂਕਿ ਜਿਹੜੇ ਬੱਚੇ ਇਧਰਲੇ ਜੰਪ ਲਾਉ ਤਾਂ ਯੂ ਐਸ ਏ ਅਮਰੀਕਾ ਕਹਿੰਦੇ ਆ ਤੁਸੀਂ ਸਾਡਾ ਪਿੰਡਾ ਵਾਲਾ ਅਮਰੀਕਾ ਸ਼ਬਦ ਵਰਤਿਆ ਸਾਨੂੰ ਆਪਣਾ ਆਪਣਾ ਲੱਗਦਾ ਹਾਂਜੀ ਉਹ ਜੀ ਬਾਟ ਸਾਹਿਬ ਹੁਣ ਜਦੋਂ ਗੱਲਬਾਤ ਸਾਡੀ ਹੁੰਦੀ ਰਹਿੰਦੀ ਆ ਜੀ ਜਿਹੜੇ ਜੀ ਕੀ ਕਲਾਇੰਟ ਮੇਰੇ ਅਮਰੀਕਾ ਤੋਂ ਵੀ ਆਉਂਦੇ ਆ ਉਹਦਾ ਜ਼ਿਕਰ ਕਰਦੇ ਆ ਸੋ ਮੇਰੀ ਵੀ ਹਾਂਜੀ ਇਦਾਂ ਹੀ ਜ਼ਿਕਰ ਕਰਦੇ ਆ ਜੀ ਅੱਛਾ ਜੇ ਮੰਨ ਲਓ ਕੋਈ ਸਰੀ ਤੋਂ ਬੰਦਾ ਆਉਂਦਾ ਹੈ ਅਸਫਰ ਤੋਂ ਬੰਦਾ ਆਉਂਦਾ ਤੁਹਾਡੇ ਕੋਲ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਸ਼ਾਇਦ ਇਸ ਕਰਕੇ ਵੀ ਵਕੀਲਾਂ ਦੇ ਕੋਲ ਜਾਣੋਂ ਝਿਜਕਦੇ ਹੋਣਗੇ ਕਿ ਭਾਈ ਸਾਨੂੰ ਸ਼ਾਇਦ ਇੰਗਲਿਸ਼ ਦੇ ਵਿੱਚ ਸਮਝਾਉਣਾ ਹੀ ਨਹੀਂ ਆਉਣਾ ਜਾਂ ਜਿੰਨੀ ਕਿ ਇੰਗਲਿਸ਼ ਆਪਾਂ ਨੂੰ ਕਈ ਵਾਰੀ ਆਉਂਦੀ ਹੁੰਦੀ ਹੈ ਜਣੀ ਸਾਨੂੰ ਪਿੰਡ ਵਾਲਿਆਂ ਨੂੰ ਕਿ ਅਗਲੇ ਬੰਦੇ ਨੂੰ ਸਮਝ ਆਉਂਦੀ ਹੈ ਕਿ ਨਹੀਂ ਆਉਣੀ ਹੁਣ ਜੇ ਕੋਈ ਥੋੜਾ ਕਲਾਇੰਟ ਕਿਸੇ ਦੇ ਨਾਲ ਕੋਈ ਵੀ ਗੱਲਬਾਤ ਹੈ ਉਹਦੀ ਤੁਹਾਡੇ ਕੋਲ ਆਉਂਦਾ ਤੁਸੀਂ ਐਨ ਪੰਜਾਬੀ ਉਹਦੀ ਸਮਝ ਕੇ ਮੁੜ ਕੇ ਅੰਗਰੇਜ਼ੀ ਦੇ ਵਿੱਚ ਕਰ ਦਿੰਦੇ ਹੋ ਸਭ ਕੁਝ ਬਿਲਕੁਲ ਜੀ ਬਿਲਕੁਲ ਮੈਂ ਉਹਨਾਂ ਨੂੰ ਇਦਾਂ ਕਹਿਣਾ ਉਹਨਾਂ ਕਿ ਤੁਸੀਂ ਪੰਜਾਬੀ ਦੇ ਵਿੱਚ ਗੱਲ ਕਰੋ ਜੀ ਤੇ ਮੈਂ ਲਿਖਦਾ ਮੈਂ ਲਿਖਦਾ ਹਾਂਜੀ ਹਾਂਜੀ ਜੇ ਬਾੜੀ ਗੱਲ ਹੁੰਦੀ ਹੈ ਜੀ ਮੈਂ ਪੰਜਾਬੀ ਮਾੜੀ ਮੋਟੀ ਮੈਂ ਪੜ ਲੰਨਾ ਪਰ ਮੈਂ ਇਦਾਂ ਵੀ ਕਹਿ ਰਿਹਾ ਕਿ ਤੁਸੀਂ ਪੰਜਾਬੀ ਚ ਲਿਖੋ ਕਿ ਕੋਈ ਨਾ ਮੇਰੇ ਫਾਦਰ ਸਾਹਿਬ ਨੇ ਮੈਨੂੰ ਪੜ ਕੇ ਅੰਗਰੇਜ਼ੀ ਦੇ ਵਿੱਚ ਅਸੀਂ ਟ੍ਰਾਂਸਲੇਟ ਅਸੀਂ ਜਿਹੜੀ ਵੀ ਸਟੋਰੀ ਆ ਜਾਂ ਜਿਹੜੀ ਵੀ ਤੁਹਾਡੀ ਦਿਲ ਦੀ ਗੱਲ ਆ ਤੁਸੀਂ ਮੇਰੇ ਨਾਲ ਸਾਂਝੀ ਕਰਨਾ ਚਾਹੁੰਦੇ ਆ ਜੀ ਉਹ ਕੋਈ ਕੋਈ ਪ੍ਰੋਬਲਮ ਨਹੀਂ ਮੈਂ ਸਮਝ ਜਾਊਗਾ ਕੇਸ ਕਿਹੜੇ ਕਿਹੜੇ ਕਰਦੇ ਹੋ ਮੈਂ ਉਧਰ ਬਾਅਦ ਵਿੱਚ ਆਉਣਾ ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਜਿਹੜਾ ਬੰਦਾ ਵਕੀਲਾਂ ਦਾ ਦ ਉਸ ਬੰਦੇ ਦੀ ਸਿਚੁਏਸ਼ਨ ਕੀ ਆ ਫਾਈਨੈਂਸ਼ੀਅਲ ਸਿਚੁਏਸ਼ਨ ਉਹਦਾ ਸਟੇਟਸ ਕੀ ਆ ਇਹ ਮਹਿਸੂਸ ਬੰਦਾ ਤਾਂ ਹੀ ਕਰ ਸਕਦਾ ਜੇ ਉਹਨੇ ਕਦੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਕਿਸੇ ਵੱਡੇ ਨੂੰ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਮਿਹਨਤ ਮੁਸ਼ਕਲ ਕਰਦੇ ਦੇਖਿਆ ਹੋਵੇ ਹੁਣ ਜਸਟਿਨ ਸਿੰਘ ਭੰਗੂ ਦੇ ਚੈਂਬਰ ਦੇ ਵਿੱਚ ਵਕੀਲ ਸਾਹਿਬ ਦੇ ਕੋਲੇ ਕੋਈ ਆਉਂਦਾ ਤਾਂ ਤੁਸੀਂ ਇਹ ਤਾਂ ਨਹੀਂ ਮਹਿਸੂਸ ਕਰਦੇ ਹੁਣ ਕਿ ਭਾਈ ਬੰਦਾ ਕਿੰਨਾ ਕੌਖਾ ਕਿੰਨੀ ਕੁ ਦੂਰੋਂ ਆਇਆ ਮੈਂ ਉਹਨੂੰ ਕਿੰਨਾ ਕੁ ਸਮਾਂ ਦੇਣਾ ਕਿਉਂਕਿ ਤੁਹਾਡਾ ਪਰਿਵਾਰ ਤਾਂ ਪਹਿਲਾਂ ਤੋਂ ਹੀ ਵਧੀਆ ਹੋਣਾ ਪਿਆ ਹੈ ਟਾਕਾ ਚੰਗਾ ਹੋਣਾ ਕਿ ਕਿਸੇ ਨੇ ਮਿਹਨਤ ਕੀਤੀ ਪਈ ਨਾ ਵੀ ਪਰ ਆ ਨਹੀਂ ਜੀ ਹੁਣ ਪਰਿਵਾਰ ਤਾਂ ਚਲੋ ਜੀ ਉਹ ਰੱਬ ਦੀ ਕਿਰਪਾ ਨਾਲ ਸਭ ਸਹੀ ਸਲਾਮਤ ਆਇਆ ਸਭ ਉਹ ਚੱਲੀ ਆਂਦਾ ਪਰ ਨਹੀਂ ਜਦੋਂ ਫਾਦਰ ਸਾਹਿਬ ਉਹਨੇ ਇੰਡੀਆ ਤੋਂ ਆਏ ਸੀ ਉਹਨਾਂ ਦਾ ਖੁਦ ਸੁਪਨਾ ਸੀ ਕਿ ਮੈਂ ਵਕਾਲਤ ਕਰਾਂ ਮੈਂ ਵਕੀਲ ਬਣਾ ਪਰ ਉਹ ਐਸੇ ਹਾਲਾਤ ਸੀ ਜੀ ਕਿ ਉਹਨਾਂ ਮੇਨ ਮੇ ਆਇਓ ਸੀ ਤੇ ਮੋਰਗੇਜ ਪੇਮੈਂਟ ਵੀ ਦੇਣੀ ਸੀ ਤੇ ਉਹ ਦੋ ਦੋ ਤਿੰਨ ਤਿੰਨ ਜੌਬਾਂ ਫਾਦਰ ਸਾਹਿਬ ਪਹਿਲਾਂ ਉਹ ਕਰਦੇ ਸੀ ਬੜੀ ਮਿਹਨਤ ਕੀਤੀ ਸੋ ਫਾਈਨੈਂਸ਼ੀਅਲ ਸਿਚੁਏਸ਼ਨ ਪਹਿਲਾਂ ਤੋਂ ਇੰਨੀ ਨਹੀਂ ਵਧੀਆ ਸੀ ਤੇ ਹੁਣ ਹੌਲੀ ਹੌਲੀ ਮਿਹਨਤ ਕਰਕੇ ਫਾਦਰ ਸਾਹਿਬ ਨੇ ਤੇ ਮਦਰ ਨੇ ਵੀ ਉਹ ਆਪਣੀ ਬਿਜ਼ਨਸ ਚਲਾਈ ਹੋਸੀ ਡਰਾਈ ਕਲੀਨਿੰਗ ਦੀ ਸੀ ਉਹ ਬੜੀ ਮਿਹਨਤ ਕੀਤੀ ਅਸੀਂ ਮੈਂ ਵੀ ਖੁਦ ਉੱਥੇ ਮੈਂ ਕੰਮ ਕੀਤਾ ਤੇ ਮੇਰੇ ਛੋਟੇ ਭਰਾ ਨੇ ਵੀ ਉੱਥੇ ਕੰਮ ਕੀਤਾ ਤੇ ਇਹ ਹੌਲੀ ਹੌਲੀ ਮਿਹਨਤ ਦੇ ਨਾਲ ਅਸੀਂ ਕੁਝ ਬਣਾਇਆ ਜੀ ਸੋ ਜਿਹੜੀ ਇਹ ਫਾਈਨੈਂਸ਼ੀਅਲ ਸਟਰਗਲ ਮੈਂ ਖੁਦ ਦੇਖੀ ਆ ਜੀ ਪਰ ਸਾਡੇ ਫੈਮਲੀ ਦੇ ਵਿੱਚੋਂ ਘਰ ਤੋਂ ਕਦੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਪਮਾ ਮਾਪੇ ਨੇ ਆਪ SACRIFICE ਕੀਤੀ ਬਸ ਸਾਡੇ ਲਈ اسپੈਸ਼ਲੀ ਐਜੂਕੇਸ਼ਨ ਦੇ ਤੌਰ ਤੇ ਕਦੇ ਸਾਨੂੰ ਘੱਟ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਉਹ ਕਹਿੰਦੇ ਸੀ ਤੁਸੀਂ ਡਟ ਕੇ ਪੜ੍ਹਾਈ ਕਰੋ ਤੇ ਅਸੀਂ ਕੰਮ ਕਰੂਗੇ ਕੋਈ ਨਾ ਫੇ ਬਾਕੀ ਅਸੀਂ ਦੇਖ ਲੈਣਾ ਹੀ ਬਿਲਕੁਲ ਠੀਕ ਹੈ ਬਿਲਕੁਲ ਸੋ ਮੈਂ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਵੇਲੇ ਵਕੀਲ ਸਾਹਿਬ ਸਾਡੇ ਕੋਲ ਨੇ ਜਸਟਿਨ ਸਿੰਘ ਪੰਗੂਹਰੀ ਤੇ ਜਿੰਨੀ ਪਿਓਰ ਪਾਣੀ ਵਾਂਗੂ ਪੰਜਾਬੀ ਬੋਲਦੇ ਆ ਕਿਉਂਕਿ ਇੱਥੋਂ ਦੇ ਜੰਪਲ ਨੇ ਤੇ ਪੰਜਾਬ ਸਿਰਫ ਇੱਕ ਵਾਰ ਹੀ ਗਏ ਨੇ ਤੁਸੀਂ ਆਪਦੀਆਂ ਟਿੱਪਣੀਆਂ ਦੇ ਵਿੱਚ ਦੱਸਿਓ ਕਿ ਭਾਈ ਲੱਗਦਾ ਹੈ ਕਿ ਭਾਈ ਇਹ ਗੱਭਰੂ ਇਹ ਵਕੀਲ ਮੈਨੂੰ ਤਾਂ ਐਂ ਲੱਗਦਾ ਪੰਜਾਬ ਦੇ ਵਿੱਚ 8-10 ਸਾਲ ਲਾਇ ਹੋਣੇ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਵਸਤਾ ਫੜ ਕੇ ਇਹ ਗੱਭਰੂ ਗਿਆ ਹੁਣ ਐਸੇ ਕਰਕੇ ਪੰਜਾਬੀ ਇੰਨੀ ਵਧੀਆ ਬੋਲਦੇ ਨੇ ਪਰ ਚਲੋ ਚੰਗੀ ਗੱਲ ਹੈ ਜੇ ਇੱਥੇ ਰਹਿ ਕੇ ਵੀ ਇੰਗਲਿਸ਼ ਸਕੂਲਾਂ 'ਚ ਪੜ੍ਹ ਕੇ ਇੰਗਲੈਂਡ ਤੋਂ ਲਾਅ ਕਰਕੇ ਮਾਸਟਰ ਡਿਗਰੀ ਯੂਐਸ ਤੋਂ ਕਰਕੇ ਫਿਰ ਵੀ ਜੇ ਪੰਜਾਬੀ ਭਾਸ਼ਾ ਦੇ ਨਾਲ ਬੰਦਾ ਗੜੋਚਾ ਹੈ ਤਾਂ ਮੈਂ ਜਿਹੜੇ ਨਵੇਂ ਆਉਣ ਵਾਲੇ ਨੇ ਪੰਜਾਬ ਤੋਂ ਜਦੋਂ ਉਹਨਾਂ ਨੂੰ ਐਂ ਲੱਗਦਾ ਨਾ ਕਿ ਭਾਈ ਸਾਡੇ ਬੱਚੇ ਕਿਤੇ ਪੰਜਾਬੀ ਨਾ ਭੁੱਲ ਜਾਣ ਤੁਸੀਂ ਘਰ ਦੇ ਵਿੱਚ ਯਤਨ ਕਰਦੇ ਰਹੋ ਕੋਸ਼ਿਸ਼ ਕਰਦੇ ਰਹੋ ਬੱਚੇ ਤੁਹਾਡੇ ਨੇ ਭੁੱਲਦੇ ਜਸਟਿਨ ਸਿੰਘ ਪੰਘੂ ਵਕੀਲ ਬਣ ਕੇ ਵੀ ਇਸ ਵੇਲੇ ਵਧੀਆ ਪੰਜਾਬੀ ਬੋਲਦੇ ਆ ਤਾਂ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਜਸਟਿਨ ਜੀ ਇੱਕ ਚੀਜ਼ ਹੁਣ ਮੈਨੂੰ ਦੱਸਿਓ ਕਿ ਕਦੇ ਸਮਾਂ ਹੁੰਦਾ ਸੀ ਕੋਈ ਅਸੀਂ ਪੰਜਾਬ 'ਚ ਬੈਠੇ ਸੁਣਦੇ ਹੁੰਦੇ ਸੀ ਜੀ ਉੱਥੇ ਜਾ ਕੇ ਨਾ ਉਹਨਾਂ ਨੇ ਅਸਾਈਲਮ ਲਈ ਅਪਲਾਈ ਕਰ ਦਿੱਤਾ ਈ ਕੈਨੇਡਾ ਦੇ ਵਿੱਚ ਕੋਈ ਬੰਦਾ ਗਿਆ ਕਿਸੇ ਢੰਗ ਤਰੀਕੇ ਦੇ ਨਾਲ ਪੁੱਜਿਆ ਕਿਸੇ ਦੀ ਮਜਬੂਰੀ ਹੈ ਜਾਂ ਕੁਝ ਵੀ ਹੈ ਕੀ ਅਜੇ ਵੀ ਕੈਨੇਡਾ ਦਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਕੋਈ ਬੰਦਾ ਜੇ ਦੁਨੀਆ ਦੇ ਕਿਸੇ ਹੋਰ ਮੁਲਕ ਦੇ ਵਿੱਚੋਂ ਆਉਂਦਾ ਹੈ ਤੇ ਜੀ ਉਹ ਕਹਿੰਦਾ ਕਿ ਭਾਈ ਮੈਂ ਉੱਥੇ ਤੰਗ ਪਰੇਸ਼ਾਨ ਸੀ ਤਾਂ ਉਹ ਪ੍ਰਕਿਰਿਆ ਜੇ ਚਲਦੀ ਹੈ ਬਿਲਕੁਲ ਜੀ ਬਾਟ ਸਾਹਿਬ ਇਹ ਚਲਦੀ ਆ ਤੇ ਜਿਹੜਾ ਅਸਾਈਲਮ ਵੀ ਨਾ ਅਸੀਂ ਯੂਜ਼ ਕਰਦੇ ਆ ਪਰ ਅਸੀਂ ਰੈਫਿਊਜੀ ਵੀ ਯੂਜ਼ ਕਰਦੇ ਆ ਜਿਹੜਾ ਸਾਡਾ ਇੱਥੇ ਕੈਨੇਡਾ ਦੇ ਵਿੱਚ ਕਾਨੂੰਨ ਆ ਉਹ ਸਮਝਦਾ ਆ ਕਿ ਜਿਹੜੀਆਂ ਕਈ ਕੰਟਰੀਆਂ ਹੈਗੀਆਂ ਆ ਹੁਣ ਐਗਜ਼ੈਂਪਲ ਜੀ ਅਸੀਂ ਆਪਣੀ ਯੂਜ਼ ਕਰ ਲਏ ਇੰਡੀਆ ਦੀ ਉੱਥੇ ਐਸੇ ਹਾਲਾਤ ਆ ਕਿ ਕਈ ਵਾਰੀ ਜਦੋਂ ਕੋਈ ਆਪਣਾ ਹੱਕ ਮੰਗਦਾ ਆ ਜੀ ਜਾਂ ਕੋਈ ਆਈਡੀਓਲੋਜੀ ਮੰਨ ਦੇ ਵਿੱਚ ਹੁੰਦੀ ਆ ਉਹ ਆਪਣਾ ਜਿਹੜਾ ਹੱਕ ਆ ਜਾਂ ਜਿਹੜੀ ਆਪਣੀ ਆਵਾਜ਼ ਆ ਉਹ ਨਹੀਂ ਉਹ ਸ਼ੇਅਰ ਕਰ ਸਕਦੇ ਜਾਂ ਖੁੱਲੇ ਸોર્ટ ਆਫ ਸਿਚੁਏਸ਼ਨ ਦੇ ਵਿੱਚ ਉਹ ਨਹੀਂ ਕਿਸੇ ਚੀਜ਼ ਦੀ ਮੰਗ ਕਰ ਸਕਦੇ ਤੇ ਉਸ ਕਰਕੇ ਇਹ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਸਾਡੀ ਇਹ ਬਿਲਕੁਲ ਸਮਝਦੀ ਆ ਕਿ ਉੱਥੇ ਪਰਸਕਿਊਸ਼ਨ ਜਿਹਨੂੰ ਅੰਗਰੇਜ਼ੀ ਦੇ ਵਿੱਚ ਉਹ ਸਾਦੇ ਆ ਜਾਂ ਉਹ ਧਮਕੀ ਮਿਲਦੀ ਆ ਜਾਂ ਉਹ ਕੁੱਟਮਾਰ ਵੀ ਹੁੰਦੀ ਆ ਜਿਹੜਾ ਕੋਈ ਆਪਣੀ ਆਵਾਜ਼ ਠਾਉਂਦਾ ਆ ਉਸ ਕਰਕੇ ਜਿਹੜੀ ਸਾਡੀ ਇੱਥੇ ਦੀ ਸਰਕਾਰ ਆ ਕੈਨੇਡਾ ਦੀ ਉਹ ਸਮਝਦੀ ਆ ਕਿ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ ਇੰਡੀਆ ਦੇ ਵਿੱਚ ਨਹੀਂ ਕੱਲੇ ਪਰ ਹੋਰ ਵੀ ਕਾਫੀ ਮੁਲਕਾਂ ਦੇ ਵਿੱਚ ਹੁੰਦੀਆਂ ਜੀ ਸੋ ਜਿਹਨਾਂ ਦੇ ਨਾਲ ਇਹ ਜੈਨੂਨਲੀ ਹੁੰਦਾ ਆ ਜੀ ਜਾਂ ਜਿਨ੍ਹਾਂ ਦੇ ਨਾਲ ਕੋਈ ਕਹ ਲਓ ਆਪਣੀ ਜਾਨ ਤੇ ਖਤਰਾ ਆ ਉਹ ਬਿਲਕੁਲ ਉਹਨਾਂ ਦਾ ਹੱਕ ਆ ਕਿ ਉਹ ਰੈਫਿਊਜੀ ਇੱਥੇ ਕੈਨੇਡਾ ਆ ਕੇ ਫਾਈਲ ਕਰ ਸਕਦੇ ਆ ਜੀ ਜਾਂ ਜੀ ਤੁਹਾਡੇ ਕੋਲੇ ਇਦਾਂ ਦੇ ਬੰਦੇ ਆਉਂਦੇ ਨੇ ਤੁਸੀਂ ਉਹਨਾਂ ਦੀਆਂ ਫਾਈਲਾਂ ਰੈਡੀ ਕਰਦੇ ਹੋ ਬਿਲਕੁਲ ਜੀ ਏ ਟੂ ਜ਼ेड ਪਹਿਲਾਂ ਮੈਂ ਉਹਨਾਂ ਦੀ ਪੂਰੀ ਕਹਾਣੀ ਸੁਣਦਾ ਕਿ ਉਹਨਾਂ ਦਾ ਡਰ ਖਤਰਾ ਕੀ ਆ ਕੋਈ ਪੋਲੀਟੀਕਲ ਬੇਸਿਸ ਤੇ ਆ ਕਿ ਤੁਸੀਂ ਕੋਈ ਮੰਗ ਕਰਦੇ ਆ ਜਾਂ ਕੋਈ ਰੇਸ ਜਾਂ ਰਿਲੀਜੀਅਨ ਦੀ ਗੱਲ ਆ ਜਾਂ ਤੁਸੀਂ ਕਿਸੇ ਸੋਸ਼ਲ ਗਰੁੱਪ ਦੇ ਮੈਂਬਰ ਹਾਂ ਮੀਨਿੰਗ ਜੇ ਤੁਸੀਂ ਗਰੀਬ ਆ ਜਾਂ ਜੇ ਤੁਸੀਂ ਕੋਈ ਹੋਰ ਸੋਸ਼ਲ ਗਰੁੱਪ ਦੇ ਮੈਂਬਰ ਆ ਉਸ ਉਹ ਪਹਿਲਾਂ ਸਾਰਾ ਕੁਝ ਮੈਂ ਐਨਲਾਈਜ਼ ਕਰਕੇ ਮੈਂ ਦੇਖਦਾ ਜੀ ਕਿ ਜਿਹੜਾ ਤੁਹਾਡਾ ਸਿਚੁਏਸ਼ਨ ਆ ਜਿਹੜੀ ਤੁਹਾਡੀ ਕਹਾਣੀ ਆ ਜੋ ਤੁਹਾਡੇ ਨਾਲ ਹੋਇਆ ਉਹ ਮੀਟ ਰਿਕੁਆਇਰਮੈਂਟ ਕਰਦਾ ਆ ਕੋਈ ਪ੍ਰੂਫ ਵੀ ਚਾਹੀਦੇ ਹੁੰਦੇ ਕਿ ਗੱਲਬਾਤੀ ਸਰ ਜਾਂਦਾ ਬਾਟ ਸਾਬ ਹੁਣ ਜੇ ਤਾਂ ਸਬੂਤ ਜਾਂ ਪ੍ਰੂਫ ਹੈਗੇ ਆ ਜੀ ਉਹ ਜਿਹੜਾ ਸਾਡਾ ਕਲੇਮ ਆ ਉਹ ਵਧੀਆ ਜਾਂਦੇ ਵਧੀਆ ਹੋ ਜਾਂਦਾ ਆ ਸਬੂਤ ਦੀ ਲੋੜ ਨਹੀਂ ਅ ਬਿਲਕੁਲ ਪਰ ਜੇ ਸਬੂਤ ਹੁੰਦੇ ਆ ਜਰੂਰ ਹੁਣ ਜੇ ਅਸੀਂ ਕਹਿੰਨੇ ਆ ਕਿ ਮੈਂ ਇਸ ਪਾਰਟੀ ਦਾ ਮੈਂ ਮੈਂਬਰ ਸੀ ਮੈਂ ਇਸ ਪਾਰਟੀ ਦੇ ਨਾਲ ਮੈਂ ਪਹਿਲੇ ਦਿਨ ਤੋਂ ਸਪੋਰਟ ਕਰ ਰਿਹਾ ਤੇ ਜੇ ਉਸ ਪਾਰਟੀ ਦਾ ਮੈਂਬਰਸ਼ਿਪ ਅਕਾਰਡਿਆ ਫੋਰ ਐਗਜ਼ਾਮਪਲ ਲਾ ਲਓ ਜਾਂ ਕੋਈ ਚਿੱਠੀ ਆ ਪਾਰਟੀ ਦੇ ਪ੍ਰਧਾਨ ਦੀ ਕਿ ਹਾਂਜੀ ਸੋਵਨ ਸੋ ਇਸ ਪਾਰਟੀ ਦਾ ਮੈਂਬਰ ਆ ਉਹਦਾ ਜ਼ਰੂਰ ਉਹਦਾ ਇੰਪੈਕਟ ਹੁੰਦਾ ਆ ਬਿਕੋਜ਼ ਉਹ ਐਸਟੈਬਲਿਸ਼ ਹੋ ਜਾਂਦਾ ਇਹ ਹਾਂ ਤੁਸੀਂ ਸਹੀ ਆ ਜੋ ਤੁਸੀਂ ਕਹਿੰਨੇ ਆ ਕਿ ਹਾਂ ਸੱਚ ਆ ਹੋਰ ਵੀ ਐਵਿਡੈਂਸ ਨਾਲ ਲੱਗਦੇ ਆ ਜੇ ਕਹਿ ਲਓ ਜਿੱਦਾਂ ਕੋਈ ਉੱਥੇ ਨਰਾਈ ਝਗੜੇ ਦਾ ਆ ਜਾਂ ਕਿਸੇ ਨੇਥਨ ਨੂੰ ਧਮਕੀ ਦਿੱਤੀ ਆ ਜੇ ਐਫੀ ਡੇਵਿਡ ਹੁੰਦੇ ਆ ਜੇ ਤੁਸੀਂ ਉਹ ਤਿਆਰ ਕਰ ਸਕਦੇ ਆ ਸੋ ਇਦਾਂ ਦੇ ਸਬੂਤ ਜੀ ਜ਼ਰੂਰ ਉਹਦੀ ਜਿਹੜੀ ਸਬੂਤ ਆ ਉਹ ਮਦਦ ਆ ਤੁਹਾਡੇ ਕਲੇਮ ਦੀ ਜ਼ਰੂਰ ਕਰੂਗਾ ਜਸਟਨ ਜੀ ਅਸੀਂ ਜਦੋਂ ਭਾਰਤ ਦੇ ਵਿੱਚ ਅਦਾਲਤਾਂ ਜਾਣਦਾ ਤਾਂ ਮੌਕਾ ਨਹੀਂ ਮਿਲਿਆ ਪਰ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਉੱਥੇ ਇੱਕ ਸੌਂਹ ਖੜਾਈ ਜਾਂਦੀ ਆ ਕਿ ਮੈਂ ਜੋ ਬੋਲੂੰਗਾ ਸੱਚ ਬੋਲੂੰਗਾ ਜਦੋਂ ਕੋ ਗਵਾਹ ਆਉਂਦਾ ਕੋ ਕੇਸ ਕਰਦਾ ਇੱਥੇ ਵੀ ਕੋਈ ਇਦਾਂ ਦੀ ਪ੍ਰਕਿਰਿਆ ਹੈਗੀ ਆ ਬਿਲਕੁਲ ਜੀ ਹੁਣ ਰੈਫਿਊਜੀ ਹੀਰਿੰਗਾਂ ਮੈਂ ਕਾਫੀ ਕਰਦਾ ਤੇ ਸਭ ਤੋਂ ਪਹਿਲਾਂ ਜੀ ਜਦੋਂ ਅਸੀਂ ਸ਼ੁਰੂਆਤ ਕਰਦੇ ਆ ਹੀਰਿੰਗ ਦੀ ਉਹ ਜੀ ਤੁਹਾਡੀ ਸੌਂਹ ਚੱਕਦੇ ਉਹ ਕਹਿੰਦੇ ਕਿ ਆਪਣਾ ਹੱਥ ਖੜਾ ਕਰੋ ਜੀ ਤੇ ਜੋ ਵੀ ਤੁਸੀਂ ਅੱਜ ਬਿਆਨ ਦੇਣੇ ਆ ਸਹੀ ਆ ਸੱਚ ਆ ਠੀਕ ਹੈ ਜਰੂਰ ਅੱਛਾ ਇੱਕ ਚੀਜ਼ ਹੋਰ ਦੱਸਿਓ ਕਈ ਵਾਰੀ ਮੰਨ ਲਓ ਕਈ ਉਦਾਂ ਹੀ ਕਿਸੇ ਨੂੰ ਸਲਾਹ ਦੇਂਦਾ ਯਾਰ ਤੇਰਾ ਊਂ ਨਹੀਂ ਇੱਥੇ ਸੂਦ ਜਿਆ ਹੋਣਾ ਤੂੰ ਰਿਫਿਊਜੀ ਕੇਸ ਕਰ ਦੇ ਹਾਂਜੀ ਹਾਂਜੀ ਜ਼ਰੂਰੀ ਥੋੜੀ ਆ ਕਿ ਹਰ ਇੱਕ ਬੰਦੇ ਦਾ ਕੇਸ ਸਕਸੈਸਫੁਲ ਹੋਣਾ ਜੇ ਉਹ ਬੰਦਾ ਐਵੇਂ ਝੂਠੀ ਬੋਲੀ ਜਾਂਦਾ ਕੋਈ ਉਹਦੀ ਬੇਸ ਹੀ ਨਹੀਂ ਬਣਦਾ ਤਾਂ ਫਿਰ ਉਹਦਾ ਕੇਸ ਡੈੱਡ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਹੋ ਸਕਦਾ ਜੇ ਅਸੀਂ ਐਵੇਂ ਹੀ ਅਸੀਂ ਕਹਿੰਦੇ ਆ ਕਿ ਇਹ ਮੇਰੇ ਨਾਲ ਇਦਾਂ ਹੋਇਆ ਆ ਤੇ ਉਹ ਜਿਹੜੇ ਮੈਂਬਰ ਹੁੰਦੇ ਆ ਚਲੋ ਜੱਜ ਵੀ ਉਹਨੂੰ ਸਾਧਨਦੇ ਪਰ ਉਹ ਜੱਜ ਨਹੀਂ ਉਹ ਮੈਂਬਰ ਹੁੰਦੇ ਆ ਇਮੀਗ੍ਰੇਸ਼ਨ ਤੇ ਰੈਫਿਜੀ ਬੋਰਡ ਤੇ ਜਿਹੜੇ ਸੁਣਦੇ ਆ ਜੀ ਤੁਹਾਡਾ ਕਲੇਮ ਤੇ ਉਹ ਫਿਰ ਡਿਟਰਮੀਨੇਸ਼ਨ ਕਰਦੇ ਆ ਤੇ ਉਹ ਕਈ ਵਾਰੀ ਜੀ ਬਿਲਕੁਲ ਉਹ ਕਹਿ ਦਿੰਦੇ ਆ ਕਿ ਜਿਹੜੀ ਤੁਹਾਡੀ ਕਹਾਣੀ ਆ ਜਾਂ ਜਿਹੜੇ ਬਿਆਨ ਦਿੱਤੇ ਆ ਇਕ ਕ੍ਰੈਡੀਬਲ ਨਹੀਂ ਅਸੀਂ ਮੰਨਦੇ ਨਹੀਂ ਹਾਂਜੀ ਠੀਕ ਹੈ ਜੀ ਇੱਕ ਮੈਨੂੰ ਹੋਰ ਦੱਸਿਓ ਕਿ ਆਮ ਲੋਕਾਂ ਨੂੰ ਹੋ ਸਕਦਾ ਹੈ ਕਿ ਕੋਈ ਬੰਦਾ ਬਹੁਤ ਵੱਡਾ ਭੁਲੇਖਾ ਪਾ ਦੇ ਕਿ ਤੁਸੀਂ ਪਾਈ ਉੱਥੇ ਚਲੇ ਜਾਣਾ ਜਾ ਕੇ ਜਿੱਦਾਂ ਤੁਸੀਂ ਅਰਜ਼ੀ ਲਈ ਤੁਸੀਂ ਪੱਕੇ ਹੋ ਜਾਣਾ ਕਿ ਕੰਮ ਲੰਬਾ ਚੱਲਦਾ ਹੁੰਦਾ ਹੀアリング ਹੋਣੀ ਆ ਸਾਰਾ ਕੁਝ ਹੋਣਾ ਜੀ ਹੁਣ ਇਹ ਜਿਹੜੀ ਪ੍ਰੋਸੈਸ ਹੈ ਜੀ ਲੰਮੀ ਚੌੜੀ ਹੋ ਸਕਦੀ ਆ ਠੀਕ ਹੈ ਜੀ ਤੇ ਪਹਿਲਾਂ ਅਸੀਂ ਕਲੇਮ ਪਾਉਨੇ ਆ ਜਿੰਨੀ ਵੀ ਸਾਰੀ ਕਹਾਣੀ ਹੁੰਦੀ ਆ ਉਹ ਅਸੀਂ ਟੁਗੇਦਰ ਕਰਕੇ ਜਿਹੜੇ ਐਪਲੀਕੇਸ਼ਨ ਫਾਰਮ ਆ ਸਾਰੀ ਸਾਡੀ ਹਿਸਟਰੀ ਜਾਂਦੀ ਆ ਜੇ ਸਾਡੇ ਭੈਣ ਭਰਾ ਆ ਉਹਨਾਂ ਦੇ ਵੀ ਨਾਂ ਸਾਰੇ ਉਹ ਜਾਂਦੇ ਆ ਜੀ ਫਾਦਰ ਸਾਹਿਬ ਦੇ ਮਾਤਾ ਜੀ ਦੇ ਸਾਰਿਆਂ ਦੇ ਨਾਂ ਵਿੱਚ ਜਾਂਦੇ ਆ ਸਾਡਾ ਪਿੰਡ ਜਾਂ ਸ਼ਹਿਰ ਜਾਂ ਜੇ ਹੋਰ ਕੰਟਰੀਆਂ ਦੇ ਵਿੱਚ ਵੀ ਅਸੀਂ ਬਾਹਰ ਗਏ ਆ ਉਹ ਸਾਰੀ ਇਨਫਰਮੇਸ਼ਨ ਜੋੜ ਕੇ ਅਸੀਂ ਕਲੇਮ ਸਬਮਿਟ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਜੀ ਮੈਡੀਕਲ ਹੁੰਦਾ ਆ ਤੇ ਬਾਇਓਮੈਟ੍ਰਿਕ ਹੁੰਦੇ ਫਿੰਗਰਪ੍ਰਿੰਟ ਤੁਹਾਡਾ ਪਾਸਪੋਰਟ ਵੀ ਸਾਨੂੰ ਸਬਮਿਟ ਕਰਨਾ ਪੈਂਦਾ ਇਮੀਗ੍ਰੇਸ਼ਨ ਨੂੰ ਫਿਰ ਉਸ ਤੋਂ ਬਾਅਦ ਜੀ ਕਈ ਚਿਰ ਬਾਅਦ ਹੀਅਰਿੰਗ ਆਉਂਦੀ ਆ ਹੀਅਰਿੰਗ ਆਉਂਦੀ ਜੀ ਹਾਂ ਪਹਿਲੀ ਹੀアリング ਵੀ ਕਈ ਚਰਵਾਦੀ ਆਉਂਦੀ ਹੈ। ਕਈ ਚਰਵਾਦ ਹੁਣ ਕਹਿ ਲੋ ਜੀ 1 ਸਾਲ ਤੋਂ ਕਈ ਵਾਰੀ 2 ਸਾਲ ਵੀ ਲੱਗ ਜਾਂਦੇ ਆ ਕਈ ਵਾਰੀ ਜਾਦੇ ਵੀ ਸਮਾਂ ਉਹ ਡਿਪੈਂਡ ਹੁੰਦਾ ਜੀ ਕੇਸ ਕਿੱਦਾਂ ਦਾ ਆ ਕੰਪਲੈਕਸਿਟੀ ਕਿੰਨੀ ਆ ਕਿੰਨਾ ਕੰਪਲੈਕਸ ਕੇਸ ਆ ਜੀ। ਠੀਕ ਆ ਜੀ। ਜੀ। ਅੱਛਾ ਜਸਤਨ ਜੀ ਆਪਾਂ ਹੁਣ ਥੋੜੇ ਜਿਹਾ ਅੱਗੇ ਵਧਦੇ ਆ ਕਿ ਹੁਣ ਸੁਖਨਾ ਭਾਈਚਾਰਾ ਬਹੁਤ ਹੋ ਗਿਆ ਆਪਣਾ ਪੰਜਾਬੀ ਭਾਈਚਾਰੇ ਦੀ ਗੱਲ ਕਰ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਤਾਂ ਆਪਾਂ ਇੱਥੇ ਸਰੀ ਐਪਸੋਡ ਵੈਨਕੂਵਰ ਦੇ ਵਿੱਚ ਹੀ ਵਸਦੇ ਆ। ਜੀ। ਹੋਰ ਵੀ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੁਸੀਂ ਪ੍ਰੈਕਟਿਸ ਕਰਦੇ ਹੋ ਇੱਕ ਲਾਇਰ ਦੇ ਤੌਰ ਦੇ ਉੱਤੇ ਆਪਣੇ ਕੋਲੇ ਕਲੋਨਾ ਆਪਣੇ ਕੋਲੇ ਐਸੀਐਸ ਆਲੀਵਰਾ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਹੁਣ ਜਿੱਧਰਲੇ ਪਾਸੇ ਜਾਓ ਆਪਾਂ ਨੂੰ ਕੋਈ ਪੰਜਾਬੀ ਨਜ਼ਰ ਆਉਂਦਾ ਕਿਉਂਕਿ ਆਪਾਂ ਪੰਜਾਬੀ ਭਾਸ਼ਾ 'ਚ ਗੱਲ ਕਰ ਰਹੇ ਹਾਂ ਘਰੇਲੂ ਸਥਿਤੀ ਕਿਉਂਕਿ ਜਦੋਂ ਪਰਿਵਾਰ ਵੱਸਦੇ ਆ ਬਹੁਤੇ ਤਾਂ ਸੁਖੀ ਵੱਸਦੇ ਆ ਪਰ ਝਗੜੇ ਵੀ ਹੋ ਜਾਂਦੇ ਹੋਣੇ ਆ ਆਪਸ ਦੇ ਵਿੱਚ ਰੌਲੇ ਗੋਲੇ ਵੀ ਪੈ ਜਾਂਦੇ ਹੋਣੇ ਆ ਜੇ ਇੱਥੇ ਪਰਿਵਾਰ ਆਪਸ ਵਿੱਚ ਜੁੜਦੇ ਆ ਤਾਂ ਟੁੱਟਦੇ ਵੀ ਹੋਣੇ ਆ ਘਰੇਲੂ ਝਗੜਿਆਂ ਦੇ ਆਪਸ ਦੇ ਵਿੱਚ ਬੈਰ ਵਿਰੋਧ ਦੇ ਆਪਸ ਦੇ ਵਿੱਚ ਸੈਪਰੇਸ਼ਨ ਦੇ ਇਦਾਂ ਦੇ ਭਾਈਚਾਰੇ ਦੇ ਵਿੱਚੋਂ ਵੀ ਹੁਣ ਕੇਸ ਆ ਰਹੇ ਨੇ ਬਾਦ ਸਾਹਿਬ ਹੁਣ ਅਨਫੋਰਚਨਟਲੀ ਆਉਂਦੇ ਆ ਜੀ ਉਹਨੇ ਦੁੱਖ ਤਾਂ ਲੱਗਦਾ ਜੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਆ ਇਦਾਂ ਰੋਲੇ ਪੈਂਦੇ ਆ ਜੀ ਪਰ ਇਹ ਇੱਕ ਹਿਊਮਨ ਨੇਚਰ ਆ ਜੀ ਸੋ ਇਹ ਕੁਦਰਤ ਤੋਂ ਆ ਜੀ ਜੀ ਜ਼ਰੂਰ ਪੈਂਦੇ ਆ ਹੁਣ ਇੱਕ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਡਿਵੋਰਸ ਕਾਫੀ ਹੋਣੇ ਜਿਹੜੀ ਡਿਵੋਰਸ ਦੀ ਰੇਟ ਆ ਬਹੁਤ ਜਿਆਦਾ ਉਹ ਵਧੀ ਜਾਂਦੀ ਹੈ ਜੀ ਅੱਛਾ ਮੈਂ ਇੱਥੇ ਇੱਕ ਛੋਟਾ ਜਿਹਾ ਸਵਾਲ ਵੈਸੇ ਤਾਂ ਆਪਣੇ ਕੋਲੇ ਕੋਈ ਡਾਟਾ ਨਹੀਂ ਕੋਈ ਅੰਕੜਾ ਨਹੀਂ ਵੈਸੇ ਨਾਰਮਲ ਇੱਕ ਆਬਜ਼ਰਵੇਸ਼ਨ ਹੁੰਦੀ ਹੈ ਕਿ ਇਹ ਜਿਹੜੇ ਲੋਕ ਆਪਾਂ ਪੰਜਾਬ ਤੋਂ ਆ ਰਹੇ ਆ ਇਹ ਉਹਨਾਂ ਦੇ ਵਿੱਚ ਰੁਝਾਨ ਆ ਜਾਂ ਇੱਥੋਂ ਦੇ ਜੰਮੇ ਪਲੇ ਆ ਜਾਂ ਦੋਨਾਂ ਚ ਹੀ ਹੈਗਾ ਬਿਲਕੁਲ ਜੀ ਦੋਨਾਂ ਦੇ ਵਿੱਚ ਆ ਜੀ ਅਬ ਦੋਨਾਂ ਦੇ ਵਿੱਚ ਬਿਲਕੁਲ ਆ ਜਿਹੜੇ ਪੰਜਾਬ ਤੋਂ ਵੀ ਆਉਂਦੇ ਆ ਜੀ ਉਹ ਉਹ ਕੋਈ ਡਿਫਰੈਂਸ ਨਹੀਂ ਉੱਥੇ ਵੀ ਬਹੁਤ ਜ਼ਿਆਦੇ ਜੀ ਡਿਵੋਰਸ ਹੁੰਦੇ ਆ ਜੀ ਤੇ ਮੈਂ ਤਾਂ ਜੀ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਸਰਵ ਕਰਦਾ ਵੈਸੇ ਤਾਂ ਮੇਰੇ ਕਲਾਇੰਟ ਹਰ ਐਥਨੈਸਿਟੀ ਦੇ ਹੈਗੇ ਆ ਜੀ ਆ ਸੋ ਪਰ ਸਾਡੀ ਕਮਿਊਨਿਟੀ ਦੇ ਵਿੱਚ ਇੱਥੇ ਦੇ ਜੰਪਾਲਾਂ ਦਾ ਵੀ ਬਹੁਤ ਜ਼ਿਆਦੇ ਆ ਜੀ ਡਿਵੋਰਸ ਦਾ ਹੁਣ ਤੇ ਜਿਹੜੇ ਇੰਡੀਆ ਤੋਂ ਵੀ ਆਉਂਦੇ ਆ ਜੀ ਪੰਜਾਬ ਤੋਂ ਦਿੱਲੀ ਤੋਂ ਬਹੁਤ ਜ਼ਿਆਦੇ ਜੀ ਡਿਵੋਰਸ ਦਾ ਹਾਂ ਜੀ ਵਧ ਰਿਹਾ ਅੱਛਾ ਮੈਨੂੰ ਇੱਕ ਚੀਜ਼ ਦੱਸਿਓ ਕਈ ਵਾਰੀ ਜਦੋਂ ਬੰਦਾ ਨਾ ਆਪਣਾ ਦੇਸ਼ ਛੱਡ ਕੇ ਨਵਾਂ ਨਵਾਂ ਆਉਂਦਾ ਹੈ ਅਸੀਂ ਤਾਂ ਕਹਿੰਨੇ ਆ ਕਿ ਸਾਰਿਆਂ ਦੇ ਪਰਿਵਾਰ ਆਪਸ ਵਿੱਚ ਮਿਲੇ ਜਾਣ ਰਲੇ ਰਹਿਣ ਚੰਗੇ ਤਰੀਕੇ ਰਹਿਣਾ ਸ਼ਾਂਤੀ ਨਾਲ ਤੁਹਾਡੇ 4 ਡਾਲਰ ਘੱਟ ਵੀ ਵਟੋਗਾ ਤਾਂ ਵੀ ਕੋਈ ਨਹੀਂ ਪਰ ਜੇ ਕਿਸੇ ਨਾਲ ਤੱਕਾਈ ਹੋਈ ਜਾਂਦਾ ਜੇ ਕੋਈ ਕਿਸੇ ਨੂੰ ਤੰਗ ਹੀ ਕਰੀ ਜਾਂਦਾ ਪਰਿਵਾਰ ਦੇ ਵਿੱਚ ਅਸੀਂ ਸਾਨੂੰ ਡਰਨਾ ਚਾਹੀਦਾ ਜਾਂ ਕਦੋਂ ਕਿ ਵਕੀਲ ਦਾ ਦਰਖੜ ਕਾ ਲੈਣਾ ਚਾਹੀਦਾ ਕਦੋਂ ਕਿ ਜਾ ਕੇ ਉਹਨੂੰ ਦੱਸਣਾ ਚਾਹੀਦਾ ਕਿਤੇ ਉਸ ਬੰਦੇ ਨੂੰ ਇਹ ਨਾ ਲੱਗੇ ਮੇਰੀ ਕਿਹੜਾ ਕਿਸੇ ਨੇ ਗੱਲ ਸੁਣਨੀ ਹੈ ਕਿ ਇੱਥੋਂ ਦਾ ਕਾਨੂੰਨ ਗੱਲ ਸੁਣਦਾ ਜਿਹੜਾ ਜੀ ਕੈਨੇਡਾ ਦਾ ਕਾਨੂੰਨ ਆ ਬਹੁਤ ਅੱਛਾ ਕਾਨੂੰਨ ਆ ਬਿਲਕੁਲ ਗੱਲ ਸੁਣਦੇ ਆ ਇੱਥੇ ਤੁਹਾਡੇ ਹੱਕ ਆ ਸਾਡੇ ਇੱਥੇ ਬਹੁਤ ਜ਼ਿਆਦੇ ਜੀ ਕਹ ਲੋ ਹੁਣ ਜੇ ਅਸੀਂ ਇੰਡੀਆ ਦੇ ਨਾਲ ਕੰਪੇਅਰ ਕਰਦੇ ਕੋਈ ਰੀਸ ਨਹੀਂ ਇੱਥੇ ਜੀ ਸੁਣਵਾਈ ਹੁੰਦੀ ਆ ਇੱਥੇ ਸਾਡੇ ਹੱਕ ਆ ਤੇ ਜੇ ਜੀ ਕਹ ਲੋ ਹੁਣ ਡਿਵੋਰਸ ਦਾ ਕੋਈ ਪ੍ਰੋਬਲਮ ਆ ਆਪਸ ਵਿੱਚ ਹੀ ਨਹੀਂ ਨਿਭਦੀ ਨਹੀਂ ਬਣਦੀ ਜੀ ਤੇ ਤੁਸੀਂ ਕੋਸ਼ਿਸ਼ ਵੀ ਕਰਦੇ ਆ ਫਿਰ ਜਰੂਰ ਤੁਸੀਂ ਵਕੀਲ ਦੇ ਕੋਲ ਜਾ ਕੇ ਤੁਸੀਂ ਵਕੀਲ ਦੇ ਨਾਲ ਸੰਪਰਕ ਕਰੋ ਕਿ ਮੇਰੇ অপਸ਼ਨਸ ਕੀ ਆ ਲੀਗਲੀ ਕੀ ਆ ਮੈਂ ਤਾਂ ਜੀ ਸਭ ਤੋਂ ਪਹਿਲਾਂ ਮੈਂ ਪੁੱਛਦਾ ਹੁੰਨਾ ਕਿ ਤੁਹਾਡੀ ਸੋਲਾ ਹੋ ਸਕਦੀ ਆ ਹਨਾ ਡਿਵੋਰਸ ਦੇ ਨਾਲੋਂ ਤੁਸੀਂ ਕੋਈ ਕਾਉਂਸਲਿੰਗ ਕਰ ਲੋ ਜਾਂ ਕੁਝ ਹੋਰ ਕੋਈ ਤਰੀਕਾ ਸਪੈਸ਼ਲੀ ਜਦੋਂ ਬੱਚੇ ਹੁੰਦੇ ਆ ਉਹ ਬਹੁਤ ਜਿਆਦਾ ਡਿਫਿਕਲਟ ਹੁੰਦਾ ਜੀ ਪਰ ਜੇ ਨਹੀਂ ਫਿਰ ਡਿਵੋਰਸ ਤੁਸੀਂ ਫਾਈਲ ਕਰ ਸਕਦੇ ਆ ਜੀ ਤੇ ਉਤੋਂ ਅਲਾਵਾ ਕਈ ਵਰੀ ਐਸੇ ਵੀ ਝਗੜੇ ਹੁੰਦੇ ਆ ਜਦੋਂ ਚਾਰਜ ਵੀ ਕ੍ਰਿਮੀਨਲ ਚਾਰਜ ਲੱਗ ਜਾਂਦੇ ਆ ਕ੍ਰਿਮੀਨੋ ਕੋਡ ਆਫ ਕੈਨੇਡਾ ਦੇ ਚਾਰਜ ਲੱਗ ਜਾਂਦੇ ਆ ਆਮ ਜੀ ਅਸਾਲਟ ਦਾ ਚਾਰਜ ਜਿਹੜਾ ਹੁੰਦਾ ਸੈਕਸ਼ਨ 266 ਜਿਸ ਦੇ ਨਾਲ ਉਹ ਜਾਣਿਆ ਜਾਂਦਾ ਆ ਉਹ ਹੁੰਦਾ ਜੀ ਕਿਸ ਕੋਈ ਕਿਸੇ ਹੋਰ ਉਤੇ ਹੱਥ ਚੱਕਦਾ ਆ ਫੋਰ ਏਗਜ਼ਾਮਪਲ ਜੇ ਹਸਬੈਂਡ ਆਪਣੀ ਵਾਈਫ ਤੇ ਜਾਂ ਵਾਈਫ ਆਪਣੀ ਹਸਬੈਂਡ ਤੇ ਉਹ ਜੀ ਫਿਰ ਪੁਲਿਸ ਰਿਪੋਰਟ ਪਹਿਲਾਂ ਹੁੰਦੀ ਆ ਪੁਲਿਸ ਇਨਵੈਸਟੀਗੇਟ ਕਰਦੇ ਆ ਫਿਰ ਜਿਹੜੇ ਸਰਕਾਰੀ ਵਕੀਲ ਹੁੰਦੇ ਆ ਜੀ ਜਿਨੂੰ ਅਸੀਂ ਕਰਾਊਨ ਕਾਉਂਸਲ ਜਾਂ ਕਰਾਊਨ ਪ੍ਰੋਸੈਕਿਊਟਰਸ ਆਦਦੇ ਆ ਉਹ ਫਿਰ ਪੁਲਿਸ ਦੀ ਰਿਪੋਰਟ ਦੇਖ ਕੇ ਉਹ ਫਿਰ ਫੈਸਲਾ ਕਰਦੇ ਆ ਸੀ ਚਾਰਜ ਅਪਰੂਵ ਕਰ ਸਕਦੇ ਆ ਜਾਂ ਨਹੀਂ ਜੇ ਅਪਰੂਵ ਉਹ ਚਾਰਜ ਜ਼ਰੂਰ ਜੇ ਉਹ ਕਰਦੇ ਆ ਫਿਰ ਤੁਹਾਨੂੰ ਵਕੀਲ ਨੂੰ ਮਿਲਣਾ ਜ਼ਰੂਰ ਚਾਹੀਦਾ ਬਿਕਾਜ਼ ਜੇ ਚਾਰਜ ਵੀ ਲੱਗ ਜਾਂਦੇ ਇਦਾਂ ਨਹੀਂ ਹੁੰਦਾ ਕਿ ਉਹ ਜ਼ਰੂਰ ਕਿ ਤੁਹਾਨੂੰ ਕੈਦ ਹੋਣੀ ਆ ਜਾਂ ਕੋਈ ਸਜ਼ਾ ਹੋਣੀ ਆ ਉਹ ਲੀਗਲੀ ਵਕੀਲ ਸਾਰਾ ਕੁਝ ਐਨਲਾਈਜ਼ ਕਰਕੇ ਤੁਹਾਡੇ ਡਿਫੈਂਸ ਵੀ ਹੋ ਸਕਦੇ ਆ ਜੀ ਹੋਰ ਵੀ ਕਾਫੀ ਰੈਮਡੀਜ਼ ਹੋ ਸਕਦੀਆਂ ਸੋ ਉਸ ਜੇ ਚਾਰਜ ਕਿਸ ਨੂੰ ਹੁਣ ਕਹਿ ਲਓ ਜੇ ਚਾਰਜ ਉਹ ਲੱਗਦਾ ਆ ਉਹ ਜ਼ਰੂਰ ਵਕੀਲ ਦਾ ਸੰਪਰਕ ਕਰਨਾ ਚਾਹੀਦਾ ਤੁਹਾਡੇ ਇੱਥੇ ਹੱਕ ਹੈਗੇ ਆ ਅੱਛਾ ਇਹ ਵੈਸੇ ਤਾਂ ਇੱਥੇ ਕਿਉਂਕਿ ਇੱਥੇ ਤਾਂ ਕਿਸੇ ਵੱਲ ਉਂਗਲੀ ਵੀ ਕਰੀਏ ਤਾਂ ਅਗਲਾ ਬੰਦਾ ਮੈਨੂੰ ਲੱਗਦਾ ਕਿ ਰਿਪੋਰਟ ਕਰ ਸਕਦਾ ਹੋਣਾ ਬਾਕੀ ਤਾਂ ਆਪਣੇ ਪਿੱਛੇ ਤਾਂ ਬਹੁਤ ਕੁਝ ਚੱਲਦਾ ਰਿਹਾ ਹੁਣ ਤਾਂ ਸੁਧਾਰ ਆਇਆ ਕਾਫੀ ਪਰ ਕਈ ਹੋ ਸਕਦਾ ਕਿ ਇੱਥੇ ਆ ਕੇ ਵੀ ਆਦਤਾਂ ਨਾ ਛੱਡਦੇ ਹੋਣ ਕਿ ਭਾਈ ਬੰਦੇ ਨੂੰ ਘੂਰੀ ਵਟਦੇ ਹੋਣ ਜਾਂ ਪਰਿਵਾਰਾਂ ਦੇ ਵਿੱਚੋਂ ਝਗੜੇ ਜਾਂ ਕੁੱਟਮਾਰ ਦੀਆਂ ਘਟਨਾਵਾਂ ਇੱਥੇ ਵਾਪਰ ਜਾਂਦੀਆਂ ਜੀ ਹੁਣ ਇੱਥੇ ਕੋਈ ਘੱਟ ਨਹੀਂ ਜੀ ਇੱਥੇ ਤਾਂ ਜੀ ਇਹ ਚੱਲਦਾ ਰਹਿੰਦਾ ਜੀ ਹੁਣ ਮੈਂ ਕਾਫੀ ਮੈਂ ਕ੍ਰਿਮੀਨਲ ਕੇਸ ਕਰਦਾ ਤੇ ਆਮ ਤਾਂ ਹੁੰਦੇ ਆ ਜੀ ਇਹ ਲੜਾਈ ਝਗੜੇ ਦੇ ਅਸੀਂ ਬਾਹਰ ਗਏ ਸੀ ਮੁੰਡੇ ਅਸੀਂ ਦੋਸਤ ਤੇ ਉੱਥੇ ਸਾਡਾ ਕੋਈ ਝਗੜਾ ਹੋ ਗਿਆ ਕਿਸੇ ਹੋਰ ਗਰੁੱਪ ਦੇ ਨਾਲ ਜਾਂ ਜੀ ਹੁਣ ਅਨਫੋਰਚਨਟਲੀ ਸੈਕਸ਼ੂਅਲ ਅਸੌਲਟ ਦੇ ਜਿਹੜਾ ਸੈਕਸ਼ਨ 271 ਹੁੰਦਾ ਕ੍ਰਿਮੀਨਲ ਕੋਡ ਆਫ ਕੈਨੇਡਾ ਕੇ ਕਿਸੇ ਨੇ ਮੇਰੇ ਉੱਤੇ ਹੱਥ ਲਾਇਆ ਜਾਂ ਕਿਸੇ ਨੇ ਮੇਰੇ ਨਾਲ ਗਾਲ ਦੇ ਟੱਚ ਕੀਤਾ ਗਾਲ ਦੇ ਟੱਚ ਕੀਤਾ ਜਾਂ ਮੇਰੇ ਨਾਲ ਕੁਝ ਫੋਰਸਫਲੀ ਕੀਤਾ ਅਨਫੋਰ ਉੱਚ ਲਈ ਸਾਡੀ ਕਮਿਊਨਿਟੀ ਦੇ ਵਿੱਚ ਇਹ ਵੀ ਜਾਦੇ ਵੱਧ ਰਹੇ ਕੰਪਲੇਂਟ ਇਹ ਸ਼ਿਕਾਇਤਾਂ ਤੇ ਇਹ ਵੀ ਕੇਸ ਕਾਫੀ ਹੁਣ ਮੇਰੇ ਚੱਲ ਰਹੇ ਆ ਜੀ ਜੀ ਤਾਂ ਓਵਰঅল ਜੇ ਇੱਕ ਵਕੀਲ ਦੇ ਨਾਲ ਨਾਲ ਬੰਦਾ ਇਨਸਾਨ ਵੀ ਹੁੰਦਾ ਚਲੋ ਠੀਕ ਹੈ ਆਪਾਂ ਰੋਟੀ ਖਾਣੀ ਆਪਾਂ ਆਪਣਾ ਕਾਰੋਬਾਰ ਕਰਨਾ ਆਪਣੇ ਕਿਤੇ ਦੇ ਪ੍ਰਤੀ ਆਪਾਂ ਔਨੈਸਟ ਰਹਿਣਾ ਇਮਾਨਦਾਰ ਰਹਿਣਾ ਪਰ ਜਦੋਂ ਇਦਾਂ ਦੀਆਂ ਘਟਨਾਵਾਂ ਘਟਦੀਆਂ ਕਿ ਅਸੀਂ ਘਰਾਂ ਦੇ ਵਿੱਚ ਸਾਡੇ ਡਿਵੋਰਸ ਦੇ ਕੇਸ ਵੱਧ ਰਹੇ ਆ ਹਾਲਾਂਕਿ ਸਾਰੇ ਭਾਈਚਾਰਿਆਂ ਵਿੱਚ ਵੱਧ ਰਹੇ ਹੋਣਗੇ ਜਾਂ ਲੜਾਈ ਝਗੜੇ ਹੁੰਦੇ ਅਸੀਂ ਬਾਹਰ ਜਾ ਕੇ ਗਰੁੱਪ ਬਣਾ ਕੇ ਲੜਦੇ ਆ ਜਾਂ ਘਰ ਦੇ ਵਿੱਚ ਕੋਈ ਕਿਸੇ ਤੇ ਹੱਥ ਚੱਕਦਾ ਉਦੋਂ ਕਿੱਦਾਂ ਦਾ ਮਹਿਸੂਸ ਹੁੰਦਾ ਕਿ ਭਾਈ ਕਿੱਥੇ ਤੱਕ ਗੁਰੂ ਸਾਹਿਬਾਨ ਨੇ ਸਾਨੂੰ ਸਿੱਖਿਆ ਕਿੱਦਾਂ ਦਿੱਤੀ ਸੀ ਅਸੀਂ ਤੁਰ ਕਿਦਰ ਨੂੰ ਪਏ ਜੀ ਜੀ ਸੱਚ ਪੁੱਛੋ ਜੀ ਸਭ ਤੋਂ ਪਹਿਲਾਂ ਤਾਂ ਹੁਣ ਤਾਂ ਥੋੜਾ ਬਹੁਤਾ ਜੀ ਮੈਂ ਯੂਜ਼ ਟੂ ਹੋ ਗਿਆ ਕਿ ਇਹ ਤਾਂ ਹੋਣਾ ਕੰਮ ਜੀ ਪਰ ਛੋਟੇ ਹੁੰਦੇ ਤੋਂ ਮੈਂ ਕਦੇ ਇਦਾਂ ਮੈਂ ਸੋਚਿਆ ਨਹੀਂ ਸੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਦਾਂ ਵੀ ਹੋਊਗਾ ਜੀ ਸੋ ਮਹਿਸੂਸ ਤਾਂ ਜੀ ਥੋੜਾ ਬੋਤਾ ਜੀ ਉਹ ਦਿਲ ਨੂੰ ਲੱਗਦੀ ਹੈ ਇਹ ਗੱਲ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਕਾਤਾ ਐ ਸਪੈਸ਼ਲੀ ਹੁਣ ਤੁਸੀਂ ਗੁਰੂ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਜੋ ਜੀ ਸਾਨੂੰ ਸਿਖਾਇਆ ਗਿਆ ਜੋ ਜੀ ਜਿਹੜੇ ਅਸੀਂ ਪਾਥ ਦੇ ਵਿੱਚ ਸਾਨੂੰ ਤੁਰਨਾ ਚਾਹੀਦਾ ਉਤੋਂ ਥੋੜੇ ਅਸੀਂ ਸ਼ਿਫਟ ਹੋ ਰਹੇ ਹਾਂ ਹਟ ਗਏ ਥੋੜੇ ਜਿਹਾ ਬਿਲਕੁਲ ਜੀ ਅੱਛਾ ਜਸਟਨ ਪੰਗੋ ਜੀ ਆਪਾਂ ਰਫਿਊਜੀ ਕੇਸਾਂ ਦੀ ਗੱਲ ਕੀਤੀ ਆਪਾਂ ਕਰੇਲੂ ਝਗੜਿਆਂ ਦੀ ਗੱਲ ਕੀਤੀ ਕਿ ਬਹੁਤ ਸਾਰੇ ਕੇਸ ਆ ਰਹੇ ਨੇ ਇਹਦੇ ਤੋਂ ਇਲਾਵਾ ਆਪਾਂ ਕ੍ਰਿਮੀਨਲ ਲਾ ਜਿਹੜਾ ਉਹਦੇ ਬਾਰੇ ਵੀ ਜ਼ਿਕਰ ਕੀਤਾ ਮਨ ਲਓ ਕਿਉਂਕਿ ਪੰਜਾਬ ਦੇ ਵਿੱਚ ਉਹ ਸੁਣਦੇ ਹੁੰਦੇ ਕਿ ਭਾਈ ਅਦਾਲਤਾਂ ਦੀਆਂ ਤਾਂ ਕੰਦਾ ਵੀ ਵੈਸੇ ਮੰਗਦੀਆਂ ਵੀ ਇੱਕ ਵਾਰੀ ਬੰਦਾ ਵਕੀਲ ਕੋਲ ਚਲ ਗਿਆ ਕਹਿੰਦਾ ਹੁੰਦਾ ਬਸ ਹੁਣ ਜੇਬ ਖਾਲੀ ਕਰਾ ਕੇ ਮੜੂ ਉਸ ਇੱਥੇ ਵੀ ਫੀਸਾਂ ਬਹੁਤ ਹੁਣੀਆਂ ਪਰ ਮੰਨ ਲਓ ਕੋਈ ਬੰਦਾ ਬੇਰੁਜ਼ਗਾਰ ਹੈ ਕਿਸੇ ਬੰਦੇ ਦੇ ਕੋਲੇ ਪੈਸੇ ਥੋੜੇ ਨੇ ਫੀਸਾਂ ਬਹੁਤ ਜ਼ਿਆਦਾ ਨੇ ਉਹਨੂੰ ਵੀ ਗੁੰਡਾ ਖੜਕਾਉਣਾ ਚਾਹੀਦਾ ਕਿ ਘੋਟੇ ਵਟ ਕੇ ਘਰੇ ਖੁੰਝੇ ਲੱਗੇ ਰਹਿਣਾ ਚਾਹੀਦਾ ਜੀ ਹੁਣ ਜਿਹੜੀ ਫੀਸ ਦੀ ਗੱਲ ਹੈ ਜੀ ਉਹ ਰੋਟੀ ਤਾਂ ਸਾਰਿਆਂ ਨੇ ਖਾਣੀ ਆ ਪਰ ਮੈਂ ਖੁਦ ਕਿਸੇ ਹੋਰ ਲਈ ਨਹੀਂ ਮੈਂ ਗੱਲ ਕਰ ਸਕਦਾ ਬਟ ਮੈਂ ਆਪਣੀ ਗੱਲ ਕਰਦਾ ਕਿ ਸਾਰਿਆਂ ਦਾ ਜਿਹੜਾ ਜੀ ਫਾਈਨੈਂਸ਼ੀਅਲ ਸਿਚੁਏਸ਼ਨ ਅਲੱਗ ਅਲੱਗ ਹੁੰਦਾ ਜੀ ਤੇ ਮੈਂ ਤਾਂ ਬਿਲਕੁਲ ਸਮਝਦਾ ਆ ਕਿ ਕਿਸੇ ਦਾ ਫਾਈਨੈਂਸ਼ੀਅਲ ਸਿਚੁਏਸ਼ਨ ਹੋ ਸਕਦਾ ਸਭ ਤੋਂ ਪਹਿਲਾਂ ਜੀ ਜਿਹੜਾ ਹੱਕ ਹੈ ਭਾਵੇਂ ਤੁਸੀਂ ਪੈਸੇ ਦੇ ਸਕਦੇ ਜਾਂ ਨਹੀਂ ਤੁਹਾਡਾ ਹੱਕ ਹੈ ਕਿ ਤੁਸੀਂ ਆਪਣੀ ਡਿਫੈਂਸ ਪੂਰੀ ਰੱਖੋ ਜੀ ਤੇ ਹੁਣ ਜਿਹੜੀ ਗੱਲ ਹੈਗੀ ਹੈ ਜੀ ਹੁਣ ਕਈ ਵਾਰੀ ਕਿਸੇ ਕੋਲ ਨਹੀਂ ਪੈਸੇ ਹੁੰਦੇ ਉਹ ਵੀ ਜੀ ਅਸੀਂ ਪੇਮੈਂਟ ਪਲਾਨ ਅਸੀਂ ਕਈ ਵਾਰੀ ਕਰ ਲੰਨੇ ਆ ਜਦ ਮੈਂ ਫੀਸ ਆਪਣੀ ਮੈਂ ਘਟਾ ਵੀ ਦਿਨਾ ਬਿਕਸ ਜਿਹੜਾ ਇਹ ਹੱਕ ਆ ਕਿਸੇ ਦਾ ਜੀ ਉਹ ਹੱਕ ਤੋਂ ਪਿਆਰੀ ਕੋਈ ਗੱਲ ਨਹੀਂ ਹੁੰਦੀ ਤੇ ਸਪੈਸ਼ਲੀ ਜਿਹੜੀ ਸਾਡੀ ਸਿਸਟਮ ਆ ਜੀ ਜਿਹੜੇ ਸਾਡੇ ਹੱਕ ਆ ਉਹ ਸਾਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਹੈ ਜੀ ਲੈਣਾ ਚਾਹੀਦਾ ਅੱਛਾ ਇੱਕ ਚੀਜ਼ ਮੈਨੂੰ ਹੋਰ ਦੱਸਿਓ ਜ਼ਰੂਰੀ ਨਹੀਂ ਕਿ ਮੰਨ ਲਓ ਤੁਹਾਡੇ ਦਫ਼ਤਰ ਦੇ ਵਿੱਚ ਕੋਈ ਬੰਦਾ ਆਇਆ ਉਹਨੇ ਉਸ ਸਲਾਹ ਕਿਉਂਕਿ ਸ਼ੁਰੂ ਦੇ ਵਿੱਚ ਉਹ ਜ਼ਰੂਰੀ ਨਹੀਂ ਉਹਨੇ ਕੇਸ ਕਰਦੇ ਨੇ ਉਹਨੂੰ ਪਤਾ ਨਹੀਂ ਮੈਂ ਕੇਸ ਕਰ ਸਕਦੇ ਨਹੀਂ ਕਰ ਸਕਦਾ ਥੋੜਾ ਆ ਕੇ ਦਰਵਾਜ਼ਾ ਖੜਕਾਇਆ ਦੋ ਚਾਰ ਮਿੰਟ ਗੱਲ ਸੁਣ ਲੈਨੇ ਉਹਦੀ ਆਣ ਕੇ ਉਹਨੂੰ ਦੱਸ ਦਿੰਨੇ ਹੋ ਮਾੜੀ ਮੋਟੀ ਸਲਾਹ ਕਿ ਭਾਈ ਤੇਰਾ ਹੋ ਸਕਦਾ ਕਿ ਆ ਨਹੀਂ ਹੋ ਸਕਦਾ ਜਾਂ ਜਿਹੜਾ ਵੀ ਆਉਂਦਾ ਉਹਨੂੰ ਕਹਿੰਨੇ ਭਾਈ ਕਿਸ ਤਾ ਤੇਰਾ ਹੋਣਾ ਹੀ ਆ ਆਪਦੀ ਫੀਸ ਬਣਾ ਲਈਏ ਬਾਕੀ ਕੋਈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਸੋ ਸਭ ਤੋਂ ਪਹਿਲਾਂ ਜੀ ਮੈਂ ਕਹਾਣੀ ਸੁਣਦਾ ਠੀਕ ਹੈ ਹੋਇਆ ਕੀ ਮੈਨੂੰ ਆਪਣੇ ਵਰਜਨ ਆਫ ਇਵੈਂਟ ਦੱਸੋ ਜੋ ਤੁਹਾਡੇ ਨਾਲ ਕੀ ਹੋਇਆ ਜੀ ਉਹ ਮੈਨੂੰ ਪਹਿਲਾਂ A to Z ਦੱਸੋ ਉਸ ਤੋਂ ਬਾਅਦ ਜੀ ਮੈਂ ਐਡਵਾਈਸ ਕਰਦਾ ਲੀਗਲੀ ਤੁਹਾਡੇ ਰਾਈਟ ਜੇ ਹੈਗੇ ਜਾਂ ਨਹੀਂ ਤੇ ਨੈਕਸਟ ਸਟੈਪ ਕੀ ਤੁਹਾਡੇ ਹੋ ਸਕਦੇ ਆ ਸੋ ਇਦਾਂ ਨਹੀਂ ਕਿ ਕੋਈ ਵੀ ਆਇਆ ਕਿ ਹਾਂ ਠੀਕ ਆ ਜੀ ਹੁਣ ਅਸੀਂ ਪੇਪਰ ਅਸੀਂ ਭਰ ਕੇ ਅਸੀਂ ਸਾਈਨ ਕਰ ਲੈਨੇ ਤੁਸੀਂ ਪੈਸੇ ਦੇ ਦਿਓ ਬਿਲਕੁਲ ਨਹੀਂ ਜੇ ਜੀ ਕਿਸੇ ਦਾ ਕੇਸ ਬਣਦਾ ਉਦੋਂ ਹੀ ਮੈਂ ਖੁਦ ਕੇਸ ਲੰਨਾ ਜੇ ਨਹੀਂ ਬਣਦਾ ਮੈਂ ਬਿਲਕੁਲ ਨਹੀਂ ਮੈਂ ਓਨੈਸਟਲੀ ਨਾ ਕਹਨਾ ਕਿ ਤੁਹਾਨੂੰ ਵਕੀਲ ਦੀ ਨਹੀਂ ਲੋੜ ਜੇ ਲੋੜ ਪਈ ਆ ਜੀ ਮੇਰਾ ਨੰਬਰ ਆ ਆਫਿਸ ਮੇਰੀ ਜਾਣਦੇ ਆ ਐਨੀ ਟਾਈਮ ਤੁਸੀਂ ਮੇਨਾਂ ਸੰਪਰਕ ਕਰ ਸਕਦੇ ਆ ਅੱਛਾ ਜਸਟ ਇਨ ਇੱਕੀ ਚੀਜ਼ ਮੈਨੂੰ ਜ਼ਰੂਰ ਦੱਸਿਓ ਕਿ ਕੋਈ ਇਦਾਂ ਦਾ ਵੀ ਟੰਕ ਤਰੀਕਾ ਹੁੰਦਾ ਮੰਨ ਲਓ ਕਿ ਕਿਸੇ ਬੰਦੇ ਦੇ ਨਾਲ ਟੱਕਾ ਹੋ ਗਿਆ ਉਹ ਨਹੀਂ ਸੀ ਚਾਹੁੰਦਾ ਮੈਂ ਅਦਾਲਤਾਂ 'ਚ ਧੱਕੇ ਖਾਵਾ ਉਹਨੂੰ ਤੁਹਾਡੇ ਕੋਲ ਆਉਣਾ ਪਿਆ ਕਿ ਇਦਾਂ ਦਾ ਪ੍ਰਬੰਧ ਵੀ ਹੁੰਦਾ ਹੈ ਕਿ ਉਸ ਕੇਸ ਦੇ ਵਿੱਚ ਇਸ ਤਰੀਕੇ ਨਾਲ ਫਾਈਲ ਕੀਤਾ ਜਾਵੇ ਕਿ ਭਾਈ ਇਹ ਬੰਦੇ ਦਾ ਤਾਂ ਧੱਕੇ ਨਾਲ ਹੀ ਖਰਚਾ ਹੋਇਆ ਇਹਦਾ ਕਸੂਰ ਕੋਈ ਨਹੀਂ ਸੀ ਤਾਂ ਕੋਰਟ ਕਿਸੇ ਸਟੇਜ ਦੇ ਉੱਤੇ ਜਾ ਕੇ ਹੋ ਸਕਦਾ ਹੈ ਕਿ ਉਹਨੂੰ ਖਰਚਾ ਵੀ ਅਪਰੂਵ ਕਰ ਦੇ ਕਿ ਭਾਈ ਇਹਦਾ ਖਰਚਾ ਵੀ ਦਿਓ ਬਿਲਕੁਲ ਜੀ ਬਾਦ ਸਾਹਿਬ ਹੁਣ ਕ੍ਰਿਮੀਨਲ ਲਾਅ ਦੇ ਵਿੱਚ ਤਾਂ ਨਹੀਂ ਇਦਾਂ ਹੁੰਦਾ ਡਿਪੈਂਡਿੰਗ ਔਨ ਦਾ ਸਰਕਮਸਟੈਂਸ ਜੇ ਬਿਲਕੁਲ ਗਲਤ ਇਲਜ਼ਾਮ ਲੱਗਿਆ ਹੋਆ ਅਸੀਂ ਟ੍ਰਾਇਲ ਤੇ ਜਾਂਦੇ ਆ ਤੇ ਤੁਸੀਂ ਨਾਟ ਗਿਲਟੀ ਆ ਤੁਸੀਂ ਸੂ ਕਰ ਸਕਦੇ ਆ ਉਹ ਥੋੜੀ ਜਿਹੜੀ ਪ੍ਰੋਸੈਸ ਆ ਉਹ ਥੋੜੀ ਕੰਪਲੈਕਸ ਆ ਉਹ ਡੈਫੇਮੇਸ਼ਨ ਆਫ ਕੈਰੈਕਟਰ ਹੁੰਦੀ ਆ ਸਲੈਂਡਰ ਹੁੰਦਾ ਆ ਉਹ ਗੱਲਾਂ ਤੁਸੀਂ ਕਰ ਸਕਦੇ ਬਕਾਫੀ ਇਹ ਰੇਅਰ ਆ ਪਰ ਰੈਮੇਡੀ ਤਾਂ ਹੈਗੀ ਆ ਪਰ ਜਿਹੜੀ ਕਾਸਟ ਦਾ ਤੁਸੀਂ ਜ਼ਿਕਰ ਕੀਤਾ ਆ ਇਹ ਜਿਹੜੇ ਸਿਵਲ ਕੇਸ ਹੁੰਦੇ ਆ ਜੀ ਉਹਨਾਂ ਦੇ ਵਿੱਚ ਕਾਸਟ ਸਾਨੂੰ ਮਿਲਦੀਆਂ ਜਾਂ ਜਿਹੜੇ ਫੈਮਲੀ ਲਾਅ ਦੇ ਕੇਸ ਆ ਜੁਜੀ ਪਾਰਟੀ ਤੇ ਕਾਸਟ ਪੈ ਸਕਦੇ ਆ ਹੁਣ ਮੈਂ ਤੁਹਾਡਾ ਮੈਂ ਘਰ ਮੈਂ ਪੇਂਟ ਕਰਦਾ ਜੀ ਠੀਕ ਆ ਜੀ ਤੇ ਤੁਸੀਂ ਕਹਿੰਨੇ ਕਿ ਤੁਸੀਂ ਨਹੀਂ ਕੀਤਾ ਚਾਜਣਾ ਪਰ ਮੈਂ ਸਾਰਾ ਕੀਤਾ ਆ ਉਹ ਡਿਸਪਿਊਟ ਹੋ ਜਾਂਦਾ ਕਿ ਤੇ ਅਸੀਂ ਕੋਰਟ ਦੇ ਵਿੱਚ ਜਾਂਦੇ ਅਸੀਂ ਕਚਹਿਰੀ ਅਸੀਂ ਜਾਂਦੇ ਆ ਜਿਹੜੀ ਲੂਜ਼ਿੰਗ ਪਾਰਟੀ ਆ ਉਹਨਾਂ ਨੂੰ ਕਈ ਵਾਰੀ ਕਾਸਟ ਪੇ ਕਰਨੇ ਪੈਂਦੇ ਆ ਬਬੇ ਦੂਸਰੇ ਬੰਦੇ ਨਾਲ ਧੱਕਾ ਹੋਇਆ ਪਈ ਉਹਨੂੰ ਐਵੇਂ ਖਰਚ ਦੇਣਾ ਪਿਆ ਬਿਲਕੁਲ ਜੀ ਠੀਕ ਹੈ ਜਸਟਨ ਜੀ ਚੰਗਾ ਲੱਗਿਆ ਤੁਹਾਡੇ ਤੋਂ ਵਕਾਲਤ ਦੀਆਂ ਗੱਲਾਂ ਸੁਣ ਕੇ ਇਹ ਸਾਰੇ ਕੇਸਾਂ ਦੀਆਂ ਕੀ ਸਿਚੁਏਸ਼ਨ ਆਪਣੇ ਭਾਈਚਾਰੇ ਦੀ ਹੋ ਰਹੀ ਹੈ ਪਰ ਤੁਹਾਡੀ ਪੰਜਾਬੀ ਵਧੀਆ ਸਾਗ ਖਾ ਲੈਨੇ ਮੱਕੀ ਦੀ ਰੋਟੀ ਘਰ ਦਾਲ ਦੂਲ ਦਾ ਕੰਮ ਚੱਲਦਾ ਬਿਲਕੁਲ ਜੀ ਚੱਲਦਾ ਆ ਜੀ ਸਾਰਾ ਕੁਝ ਉੱਧਰ ਚੱਲਦਾ ਦੀ ਵੈਸਟਰਨ ਵੀ ਚੱਲਦਾ ਪਰ ਰੋਟੀ ਜੀ ਰੋਟੀ ਵਰਗੀ ਕੋਈ ਰੀਸ ਨਹੀਂ ਮੱਕੀ ਦੀ ਰੋਟੀ ਤੇ ਸਾਗ ਤੇ ਉਹਦੇ ਉੱਤੇ ਮੱਖਣ ਹੋਵੇ ਉਹਦੀ ਕੋਈ ਰੀਸ ਨਹੀਂ ਜੀ ਅਜਾ ਕਦੇ-ਕਦੇ ਘਰੋਂ ਆਫਿਸ ਨੂੰ ਰੋਟੀ ਲੈ ਜਾਂਦੇ ਹੋ ਕਿ ਉੱਥੇ ਜਾ ਕੇ 버ਗਰ ਪੀਜ਼ਾ ਹੀ ਚੱਲਦਾ ਨਹੀਂ ਮੈਂ ਜੀ ਸੱਚ ਦੱਸਦਾ ਮੈਂ ਘਰੋਂ ਨਹੀਂ ਬਾਹਲੀ ਮੈਂ ਰੋਟੀ ਲੈ ਕੇ ਜਾਂਦਾ ਜੀ ਪਰ ਇੱਕ ਵਾਰੀ ਅਸੀਂ ਰੋਟੀ ਖਾ ਲੰਨੇ ਆ ਜੀ ਕੰਮ ਤੇ ਮਾੜੀ ਜੀ ਬਾਹਰ ਪਰ ਉਹ ਘਰ ਸਾਡਾ ਐਨ ਬਿਲਕੁਲ ਚੱਲਦਾ ਸਵੇਰੇ ਖਾ ਕੇ ਜਾਣਾ ਰਾਤ ਨੂੰ ਆਖਣੀ ਆ ਬਿਲਕੁਲ ਜੀ ਬਿਲਕੁਲ ਜੀ ਹਾਂ ਜੀ ਜਾਂਦੇ ਜਾਂਦੇ ਆ ਜਸਟਿਨ ਜੀ ਕੁਝ ਹੋਰ ਜੀ ਕਹਿਣਾ ਚਾਹੁੰਦਾ ਮੈਂ ਜੀ ਬਸ ਸ్రోਤਿਆਂ ਨੂੰ ਆਹੀ ਕਹਿਣਾ ਚਾਹੁੰਦਾ ਜੀ ਕਿ ਕਈ ਵਾਰੀ ਰੈਪਿਊਟੇਸ਼ਨ ਹੁੰਦੀ ਕਿ ਵਕੀਲ ਠੱਗੀ ਮਾਰਦਾ ਜਾਂ ਕੱਲੇ ਜਿੱਦਾਂ ਉਹ ਪੈਸਿਆਂ ਦੇ ਪਿੱਛੇ ਆ ਇਹ ਬਿਲਕੁਲ ਗਲਤ ਫਹਿਮੀ ਮੈਂ ਕਹਿ ਸਕਦਾ ਆ ਕਿ ਹਰ ਵਕੀਲ ਅਲੱਗ ਅਲੱਗ ਕੰਮ ਕਰਦਾ ਮਿਹਨਤ ਦੀ ਗੱਲ ਹੁੰਦੀ ਆ ਫੀਸ ਤਾਂ ਜ਼ਰੂਰ ਹੁੰਦੀਆਂ ਪਰ ਤੁਹਾਡੇ ਹੱਕ ਹੈਗੇ ਆ ਤੇ ਜਿਹੜੇ ਤੁਹਾਡੇ ਹੱਕ ਆ ਤੁਹਾਨੂੰ ਹੱਕ ਚੱਕਣੇ ਚਾਹੀਦੇ ਆ ਸੋ ਮੈਂ ਆਹੀ ਕਹਿ ਸਕਦਾ ਜੇ ਤੁਸੀਂ ਸਹੀ ਵਕੀਲ ਦੇ ਨਾਲ ਸੰਪਰਕ ਕਰਦੇ ਆ ਉਹ ਤੁਹਾਨੂੰ ਜਿਹੜੀ ਐਡਵਾਈਸ ਆ ਲੀਗਲ ਤੌਰ ਤੇ ਉਹ ਇਨ ਦਾ ਫਰੇਮਵਰਕ ਆਫ ਦਾ ਲਾ ਅਪਰੋਪ੍ਰੀਏਟ ਐਡਵਾਈਸ ਐਡਵਾਈਸ ਦੇਊਗਾ ਤੇ ਮੈਂ ਆਹੀ ਮੈਂ ਕਹਿਣਾ ਚਾਹੁੰਨਾ ਕਿ ਤੁਹਾਡੇ ਇੱਥੇ ਕੈਨੇਡਾ ਦੇ ਵਿੱਚ ਹੱਕ ਹੈਗੇ ਆ ਪਰ ਮੈਂ ਕੋਈ ਰੈਫਿਊਜੀ ਕਲੇਮ ਹੈ ਆ ਪਰ ਮੇ ਤੁਹਾਡੀ ਕੋਈ ਰੈਫਿਊਜੀ ਦੀ ਰਿਫਿਊਜ਼ਲ ਹੋਈ ਹੋਆ ਤੁਹਾਡੇ ਹੱਕ ਹੈ ਜੀ ਅਪੀਲ ਕਰਨ ਦੇ ਫੈਡਰਲ ਕੋਰਟ ਜਾਣ ਦੇ ਜੁਡੀਸ਼ਰ ਰਿਵਿਊ ਦੇ ਜੇ ਤੁਸੀਂ ਕਿਸੇ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਤੰਗ ਹਾਂ ਕੋਈ ਤੁਹਾਨੂੰ ਅਬਿਊਜ਼ ਕਰਦਾ ਤੁਹਾਡਾ ਡਿਵੋਰਸ ਦਾ ਵੀ ਹੱਕ ਹੈ ਜੀ ਜੀ ਜਸਟਿਨ ਜੀ ਤੁਸੀਂ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਤੇ ਪ੍ਰਾਈਮ ਮੇਜਾ ਟੀਵੀ ਮਿਹਰਬਾਨੀ ਚ ਜਸਟਿਨ ਸਿੰਘ ਭੰਗੂ ਸਾਹਿਬ ਸਾਡੇ ਨਾਲ ਜੁੜੇ ਤੇ ਜਦੋਂ ਜੁੜੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਪਹਿਲੀ ਗੱਲ ਕਿ ਇੱਕ ਖਾਸੀਅਤ ਮੈਂ ਸੁਨਿਆ ਇੱਕ ਦੇਣਾ ਚਾਹੁੰਦਾ ਕਿ ਭਾਈ ਤੁਹਾਡੇ ਬੱਚੇ ਪੰਜਾਬੀ ਵਾਲੇ ਕਿਸੇ ਨਹੀਂ ਚੱਲੇ ਤੁਸੀਂ ਪੰਜਾਬੀ ਘਰ ਚ ਬੋਲੋ ਉਹ ਬੱਚੇ ਜਸਟਿਨ ਸਿੰਘ ਭੰਗੂ ਹੋਣਾ ਵਾਂਗ ਪੰਜਾਬੀ ਜਿਹੜੇ ਉਹ ਬੋਲ ਸਕਦੇ ਆ ਹੁਣ ਇੰਗਲੈਂਡ ਤੋਂ ਪੜ੍ਹ ਕੇ ਆਇਆ ਯੂ ਐਸ ਏ ਤੋਂ ਜਾ ਕੇ ਮਾਸਟਰ ਡਿਗਰੀ ਜਿਹੜੀ ਉਹ ਕੀਤੀ ਐ ਪਹਿਲਾਂ ਕੈਨੇਡਾ ਦੇ ਵਿੱਚ ਵੀ ਪੜ੍ਹੇ ਤਿੰਨ ਅੰਗਰੇਜ਼ੀ ਮੁਲਕਾਂ ਦੇ ਵਿੱਚ ਪੜ੍ਹ ਕੇ ਵੀ ਜੇ ਪੰਜਾਬੀ ਇਦਾਂ ਦੀ ਆਉਂਦੀ ਤਾਂ ਫੇ ਘਬਰਾਉਣਾ ਕਾਦਾ ਬਈ ਇਹਦੇ ਤੋਂ ਵੱਡੀ ਤਾਂ ਕੋਈ ਉਦਾਹਰਣ ਹੋ ਨਹੀਂ ਸਕਦੀ ਇੱਕੋ ਵਾਰੀ ਪੰਜਾਬ ਗਏ ਨੇ ਇੱਕੋ ਵਾਰੀ ਉਹ ਵੀ ਮਹੀਨਾਂਖ ਸਾਰੀ ਹੁਣ ਤੱਕ ਦੀ ਆਪਣੀ ਉਮਰ ਦੇ ਵਿੱਚ ਸੋ ਇਤੋਂ ਨਹੀਂ ਘਬਰਾਉਣਾ ਦੂਸਰਾ ਕਾਨੂੰਨੀ ਹੱਕ ਨੇ ਭਾਈ ਲੈਣੇ ਚਾਹੀਦੇ ਆ ਕਿਉਂ ਨਹੀਂ ਲੈਣੇ ਚਾਹੀਦੇ ਘਟੋਕਟ ਸਲਾਹ ਜਿਹੜੀ ਉਹ ਨਾਲ ਜਾ ਕੇ ਕਰ ਲੈਣੀ ਚਾਹੀਦੀ ਹਾਂ ਝੂਠ ਨਹੀਂ ਬੋਲਣਾ ਚਾਹੀਦਾ ਚਾਹੇ ਉਹ ਰਫਿਊਜੀ ਕੇਸ ਹੈ ਚਾਹੇ ਘਰੇਲੂ ਝਗੜਾ ਹੈ ਚਾਹੇ ਕੋ ਕ੍ਰਿਮੀਨਲ ਵਾਲਾ ਕੰਮ ਹੈ ਝੂਠ ਤੋਂ ਬਚਣਾ ਚਾਹੀਦਾ ਕਿਉਂਕਿ ਇਹ ਕਾਨੂੰਨ ਜੇ ਨਰਮ ਨੇ ਪਰ ਬਰੀਕ ਬਹੁਤ ਨੇ ਕਿਤਨੇ ਕਿਤੇ ਜਾ ਕੇ ਬੰਦਾ ਫਿਰ ਕਸੂਤਾ ਫਸ ਜਾਂਦਾ ਤੁਹਾਨੂੰ ਜਸਟਿਸ ਸਿੰਘ ਪੰਗੂ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਿਵੇਂ ਦੀ ਲੱਗੀ ਕੋਈ ਹੋਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਇਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਟਿੱਪਣੀ ਦੇ ਰੂਪ ਦੇ ਵਿੱਚ ਲਿਖ ਦਿਓ ਆਪਾਂ ਅਗਲੀ ਵਾਰੀ ਜੇ ਕਿਤੇ ਉਹਨਾਂ ਦੇ ਨਾਲ ਮਿਲ ਜੁੜ ਕੇ ਬੈਠੇ ਤਾਂ ਫਿਰ ਗੱਲਾਂ ਬਾਤਾਂ ਜਿਹੜੀਆਂ ਕਰ ਲਵਾਂਗੇ ਸੋ ਇੱਥੇ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਆ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ